ਕੀਤੇ ਜੈਲਦਾਰ ਕੋਲੇ ਜੈਲਦਾਰੀ ਕਿਹੜੇ ਪਿੰਡ ਦੀ ਆ? ਫਿਲਮਾਂ ਦਾ ਐਕਸਪੀਰੀਅੰਸ ਤਾਂ ਬੜਾ ਵਧੀਆ ਸੀ, ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦਾ। ਕਿਵੇਂ ਬਈ ਯਾਰ, ਪੈਸੇ ਨਹੀਂ ਮੈਂ ਲੋਕਾਂ ਦੇ ਕਦੀ ਕਹਿ ਸਕਦਾ ਯਾਰ ਪੈਸੇ ਲਾ ਦਿਓ ਫਿਲਮਾਂ 'ਚ, ਇਹ ਕਰੋ ਵੋ ਕਰੋ। ਕੁਛ ਚੀਜ਼ਾਂ ਤੁਸੀਂ ਇਸ ਕਰਕੇ ਵਧਾ ਲੈਣੀ ਕਿਉਂਕਿ ਮੈਂ ਲੋਕਾਂ ਨੂੰ ਦਿਖਾ ਲੈਣਾ ਕਿ ਮੈਂ ਕੌਣ ਬਣ ਗਿਆ। ਪਰ ਮੈਨੂੰ ਐਂ ਲੱਗਦਾ ਭਾਜੀ, ਕੰਟਰੋਵਰਸੀ ਕਰਕੇ ਕੰਮ ਨਹੀਂ ਨਾ ਮਿਲਦਾ। ਕੰਟਰੋਵਰਸੀ ਕਰਕੇ 4 ਦਿਨ ਹੋ ਸਕਦਾ ਚਰਚਾ, ਤੁਹਾਡੀ ਚਰਚਾ ਹੋ ਸਕਦੀ। ਇੱਕ ਆਰਟਿਸਟ ਦੇ ਲੋਕਾਂ ਨੇ ਗੀਤ ਸੁਣਨੇ ਆ, ਗੀਤਾਂ ਦੀ ਚਰਚਾ ਹੋਵੇ ਤਾਂ ਚੰਗੀ ਗੱਲ ਹੈ। ਜੇ ਇੱਕ ਬੰਦੇ ਨੇ 100 ਗਲਤੀਆਂ 99 ਚੰਗੀਆਂ ਕੀਤੀਆਂ, ਇੱਕ ਗਲਤੀ ਹੋ ਗਈ ਤਾਂ ਉਹਨੂੰ ਪਿਆਰੇ ਸ਼ਬਦਾਂ ਨਾਲ ਸਮਝਾਇਆ ਜਾ ਸਕਦਾ, ਨਾ ਕਿ ਥੱਲੇ ਕਮੈਂਟ ਉਦਾਂ ਦੇ ਕਰਕੇ ਕਿ ਅਗਲਾ ਸੁਸਾਈਡ ਕਰਨ ਤੱਕ ਚਲੇ। ਮੈਂ ਵੀ ਬਹੁਤ ਸਾਰੇ ਕਈ ਹਥਿਆਰਾਂ ਦੇ ਗਾਣੇ ਮੈਂ ਵੀ ਗਾਏ ਨੇ, ਬਟ ਮੇਰੀ ਜਦੋਂ ਮਾਹੌਲ ਦੇ ਹਿਸਾਬ ਨਾਲ ਗਾਣੇ, ਤੁਹਾਨੂੰ ਆਪਣਾ ਮੈਟਰ ਚੇਂਜ ਕਰਨਾ ਪੈਣਾ ਨਵੀਂ ਯੰਗ ਪੀੜ੍ਹੀ ਦੇ ਨਾਲ ਚੱਲਣ ਲਈ। ਅਤੇ ਕਲਾਕਾਰਾਂ ਦੇ ਗੀਤਾਂ ਨੂੰ ਵੇਖ ਕੇ ਮੈਨੂੰ ਲੱਗਦਾ ਵੀ ਮੁੰਡੇ ਜਿਹੜੇ ਉਹ ਗੋਲੀਆਂ ਚਲਾਉਣ ਵੱਲ ਨੂੰ ਹੋਏ ਆ, ਜਾਂ ਇਹ ਗੈਂਗਸਟਰ ਵਾਲਾ ਮਾਹੌਲ ਆ ਜਿਹੜਾ, ਕਿਤੇ ਨਾ ਕਿਤੇ ਤੁਹਾਨੂੰ ਐਂ ਲੱਗਦਾ ਵੀ ਇਹ ਕਲਾਕਾਰਾਂ ਦੇ ਆਪਦੇ ਹੀ ਟੋਏ ਪੁੱਟੇ ਹੋਏ ਆ, ਜਿਹਦੇ ਵਿੱਚ ਹੁਣ ਡਿੱਗਣ ਤੋਂ ਸਾਰੇ ਕਲਾਕਾਰ ਡਰਦੇ ਪਏ ਆ। ਬਿਜ਼ਨਸ ਹੈ, ਹੁਣ ਇੱਕ ਬੰਦੇ ਨੇ ਹੋਟਲ ਖੋਲਿਆ, ਨਾਲ ਵਾਲਾ ਹੋਟਲ ਵਾਲਾ ਜੇ ਸੇਲ ਲਾ ਕੇ ਬੈਠੂਗਾ ਤਾਂ ਜਿਹੜਾ ਦੂਜੇ ਹੋਟਲ ਨੇ ਜਿਹਨੇ 10 ਮਿਲੀਅਨ ਦਾ ਬਣਾਇਆ ਉਹਨੂੰ ਲਾਉਣੀ ਪਏਗੀ ਨਾ। ਉਹ ਜਦੋਂ ਸਿਟੀ ਇੰਨਾ ਹਿੱਟ ਹੋ ਗਿਆ ਹਨਾ, ਹਾਂਜੀ, ਫਿਰ ਉਹ ਸਟੇਜ ਤੇ ਗੀਤਾ ਜੈਲਦਾਰ ਸਿਟੀ ਇਕੱਲੇ ਨੂੰ ਕਿਵੇਂ ਗਾਉਂਦਾ? ਉਹ ਲੋਕੀ ਐਂ ਨਹੀਂ ਕਹਿੰਦੇ ਵੀ ਪੂਜਾ ਨੂੰ ਨਾਲ ਲੈ ਕੇ ਆਉਣਾ? ਸਿਟੀ ਮਾਰ ਕੇ ਬਲਾਉਣੋਂ ਹਟ ਜਾ ਵੇ, ਮੈਨੂੰ ਰੋਜ਼ ਦੱਸ ਤਾਉਣੋਂ ਹਟ ਜਾ, ਨੀ ਤੂੰ ਵੀ ਮੰਗਾ ਛਣ ਕੋਣੋਂ ਹਟ ਜਾ, ਸਾਡੀ ਗਲੀ ਗੇੜੇ ਲਾਉਣੋਂ ਹਟ ਜਾ। ਪ੍ਰੋਗਰਾਮ ਮੇਰਾ ਅਮਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਵਾਗਤ ਹੈ, ਸਤਿ ਸ਼੍ਰੀ ਅਕਾਲ ਹੈ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਅਜਿਹੇ ਫਨਕਾਰ ਦੇ ਨਾਲ ਮਿਲਾਵਾਂਗੇ ਜਿਹੜਾ ਇੰਡੀਆ ਦੇ ਵਿੱਚ ਹਿੱਟ ਹੋਇਆ, ਕੈਨੇਡਾ ਦੇ ਵਿੱਚ ਰਹਿੰਦਾ ਅਤੇ ਇੰਨੀ ਦਿਨੀ ਅਮੈਰੀਕਾ ਦੇ ਵਿੱਚ ਘੁੰਮਣ ਆਇਆ ਹੋਇਆ ਹੈ। ਅਤੇ ਮੇਰਾ ਅਮੈਰੀਕਾ ਦੇ ਵਿੱਚ ਜਿੰਨੇ ਵੀ ਇੱਥੇ ਕਲਾਕਾਰ, ਫਨਕਾਰ, ਬੁੱਧੀਜੀਵੀ ਜਾਂ ਜਿੰਨੇ ਵੀ ਲੋਕ ਇੱਥੇ ਅਮੈਰੀਕਾ ਦੇ ਵਿੱਚ ਆਉਂਦੇ ਨੇ, ਅਸੀਂ ਉਹਨਾਂ ਦੇ ਰੂਬਰੂ ਤੁਹਾਨੂੰ ਕਰਵਾਉਂਦੇ ਰਹਿੰਦੇ ਹਾਂ। ਅਤੇ ਆਓ ਗੱਲਬਾਤ ਕਰਦੇ ਹਾਂ ਉਸ ਕਲਾਕਾਰ ਦੇ ਨਾਲ ਜਿਹਦਾ ਸਿਟੀ ਬੜਾ ਹਿੱਟ ਹੋਇਆ ਸੀ। ਕਦੇ ਗੱਲ ਕਰਦਾ ਹੈ ਵੀ ਅਸੀਂ ਪੱਕੀਆਂ ਕੰਧਾਂ 'ਚ ਗਿੱਲ ਲਾਉਣਾ ਜਾਣਦੇ। ਮੇਰੇ ਨਾਲ ਨੇ ਬਾਈ ਗੀਤਾ ਜੈਲਦਾਰ। ਜੈਲਦਾਰ ਬਾਈ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਇਹ ਨਿਊਯਾਰਕ ਦੇ ਵਿੱਚ ਨਜ਼ਾਰੇ ਲੈ ਰਹੇ ਪੂਰੇ? ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਮੇਰਾ ਅਮਰੀਕਾ ਦੇਖ ਰਹੇ ਸਾਰੇ ਜਿੰਨੇ ਵੀ ਤੁਹਾਡੇ ਦਰਸ਼ਕ ਨੇ ਜਿਹੜੇ ਤੁਹਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਬਾਕੀ ਅਮਰੀਕਾ ਬਾਕੀ ਦੀ ਜਿਹੜਾ ਆਉਂਦਾ ਪੂਰੇ ਨਜ਼ਾਰੇ ਲੁੱਟ ਕੇ ਜਾਂਦਾ। ਗੀਤੇ ਜੈਲਦਾਰ ਨੂੰ ਅਸੀਂ ਮਿਸ ਕਰ ਰਹੇ ਅਮਰੀਕਾ ਦੇ ਵਿੱਚ, ਕਾਫੀ ਲੰਮੇ ਸਮੇਂ ਤੋਂ ਵੇਖ ਰਹੇ ਹਾਂ ਵੀ ਜੈਲਦਾਰ ਦਾ ਕੋਈ ਪ੍ਰੋਗਰਾਮ ਨਹੀਂ ਹੋਇਆ ਵੱਡੇ ਲੈਵਲ 'ਤੇ। ਕੀ ਚੱਕਰ ਆ, ਅਮਰੀਕਾ ਨਾਲੇ ਨੇੜੇ ਪੈਂਦਾ, ਹੁਣ ਤਾਂ ਬੱਸ ਦੇ ਚੜ੍ਹ ਕੇ ਵੀ ਆ ਸਕਦੇ ਹੋ, ਕੀ ਚੱਕਰ ਕੀ ਸੀ? ਐਕਚੁਅਲੀ ਗੱਲ ਇਹ ਆ ਜੀ, ਮੈਂ ਜਦੋਂ ਸਿਟੀ ਹਿੱਟ ਹੋਣ ਤੋਂ ਬਾਅਦ ਇੱਕ ਦੋ ਟੂਰ ਜਿਹੜੇ ਉਹ ਇੱਧਰ ਅਮਰੀਕਾ ਆਇਆ ਇੱਕ ਦੋ ਵਾਰੀ ਸ਼ੋਆਂ ਦੇ ਵੱਲ ਲਈ, ਬਟ ਉਸ ਤੋਂ ਬਾਅਦ ਮੇਰਾ ਨਾ ਇੰਗਲੈਂਡ ਦਾ ਜਿਹੜਾ ਵਿਆਹਾਂ ਦਾ ਕੰਮ ਬਹੁਤ ਜ਼ਿਆਦਾ ਬੀਜ਼ ਸੀ, ਬਟ ਜਿਹੜਾ ਇਹ ਕੋਵਿਡ ਆਇਆ ਉਹਦੇ ਵਿੱਚ ਜਿਹੜਾ ਮੈਨੂੰ ਸੋਚਣ ਦਾ ਮੌਕਾ ਮਿਲਿਆ ਵੀ ਗੁਆਂਢੀ ਮੁਲਕਾਂ ਦੇ ਜਿੰਨੇ ਹੈਗੇ ਨੇ ਵਿਆਹ ਨੇੜੇ ਨੇੜੇ ਵੀ ਜ਼ਿਆਦਾ ਜਾਣਾ ਚਾਹੀਦਾ। ਸੋ ਇਸ ਕਰਕੇ ਹੁਣ ਸਾਰਾ ਕੰਮ ਡਿਵਾਈਡ ਕਰ ਦਿੱਤਾ, 25-30% ਅਮਰੀਕਾ ਕੰਮ ਕਰਿਆ ਕਰੂੰਗਾ, ਜਿਹੜਾ 33% ਇੰਡੀਆ ਤੇ, ਬਾਕੀ ਦਾ 33% ਜਿਹੜਾ ਇੰਗਲੈਂਡ ਤੇ, ਬਾਕੀ ਯੂਰਪ ਦੇ ਵਿੱਚ ਕੀਤਾ ਜਾ ਵੰਡ ਲੈਣਾ ਹੋਣਾ ਹੁਣ ਵੰਡ ਲੈਣਾ ਕਿਉਂਕਿ ਪਹਿਲਾਂ ਜਦੋਂ ਤੁਸੀਂ ਐਕਚੁਅਲੀ ਕੰਮ ਇਹ ਸਾਡੇ ਵਾਲੇ ਕੰਮ ਦਾ ਸਿਸਟਮ ਹੈ ਵੀ ਜਿਹੜੇ ਮੁਲਕ ਤੁਸੀਂ ਜ਼ਿਆਦਾ ਕੰਮ ਕਰਨ ਲੱਗ ਪਏ 6 ਮਹੀਨੇ ਪਹਿਲਾਂ ਬੁਕਿੰਗਾਂ ਹੋ ਜਾਂਦੀਆਂ। ਸੋ ਕੋਵਿਡ ਦੇ ਵਿੱਚ ਉਹ ਸਾਰਾ ਐਸਾ ਸਭ ਨੂੰ ਝਟਕਾ ਲੱਗਾ ਅਤੇ ਉਹ ਬੁਕਿੰਗਾਂ ਜਿਹੜੀਆਂ ਇੱਕਦਮ ਰੁਕੀਆਂ ਕਰਕੇ ਫਿਰ ਸੋਚਣ ਦਾ ਮੌਕਾ ਜਿਹੜਾ ਮਿਲਿਆ ਵੀ ਆਪਾਂ ਅਮਰੀਕਾ ਵੀ ਸ਼ੁਰੂ ਨਾਲ ਕਰੀਏ ਪਿਆ। ਸੋ ਬਾਈ ਹੁਣ ਹਰੇਕ ਮੁਲਕ ਦੇ ਵਿੱਚ ਅਸੀਂ ਗੀਤੇ ਜੈਲਦਾਰ ਦੇ ਸ਼ੋਅ ਵੇਖਾਂਗੇ ਹਨਾ। ਬਿਲਕੁਲ ਜੀ, ਗੀਤੇ ਜੈਲਦਾਰ ਕੋਲੇ ਜੈਲਦਾਰੀ ਕਿਹੜੇ ਪਿੰਡ ਦੀ ਆ? ਮਤਲਬ ਜੈਲਦਾਰ ਕਿਹੜੇ ਪਿੰਡ ਦਾ ਕੀਤਾ ਕਿ ਪਾਸਪੋਰਟ ਦੇ ਕੋਈ ਹੋਰ ਨਾਮ ਆ? ਨਹੀਂ ਦੇਖੋ, ਪਾਸਪੋਰਟ ਦਾ ਜਿਹੜਾ ਰੀਅਲ ਨਾਮ ਮੇਰਾ ਫੈਮਿਲੀ ਦਾ ਹੋਰ ਹੈ, ਬਟ ਜੈਲਦਾਰੀ ਰੱਬ ਦੀ ਮਿਹਰ ਨਾਲ ਪੰਜਾਬੀ ਸਰੋਤਿਆਂ ਨੇ ਜਿਹੜੀ ਹੈ ਉਹ ਸਾਰੇ ਵਰਲਡ ਦੀ ਦਿੱਤੀ ਹੋਈ ਹੈ। ਸੋ ਜਿੱਥੇ ਜਾਈਦਾ ਉੱਥੇ ਸਰਦਾਰੀ ਵਾਲੇ ਕੰਮ ਹੁੰਦਾ ਅਤੇ ਇੱਕ ਗੀਤ ਵੀ ਆਪਣੇ ਸਾਰੇ ਸਰਦਾਰੀ ਤਕਰੀਬਨ ਇੱਦਾਂ ਹੁੰਦੇ ਵੀ ਲੈਂਗੁਏਜ ਜਿਹੜੀ ਉਹ ਠੇਠ ਪੰਜਾਬੀ ਵਾਲੀ ਚੜ੍ਹਦੀ ਕਲਾ ਵਾਲੀ ਹੁੰਦੀ ਹੈ। ਸੋ ਜਿਹੜੀ ਪੰਜਾਬੀਆਂ ਨੇ ਜੈਲਦਾਰੀ ਬਖਸ਼ੀ ਹੈ ਹੁਣ ਇੱਕ ਪਿੰਡ ਦੀ ਨਹੀਂ ਰਹਿ ਗਈ, ਉਹ ਸਾਰੇ ਵਰਲਡ ਦੀ ਰਹਿ ਗਈ। ਪਾਸਪੋਰਟ 'ਤੇ ਕੀ ਨਾਂ ਹੈ?
ਪਾਸਪੋਰਟ ਵਾਲਾ ਨਾਂ ਜੀ ਮੈਂ ਵੈਸੇ ਕਿਸੇ ਨੂੰ ਕਦੀ ਦੱਸਦਾ ਨਹੀਂ ਸੋ ਮੈਂ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਗੀਤੇ ਜੇਲਦਾਰ ਨਾਲੇ ਸਾਰ ਲਓ ਮਤਲਬ ਹੁਣ ਜੇ ਜਦੋਂ ਉਦੋਂ ਹੀ ਪਤਾ ਲੱਗਣਾ ਜਦੋਂ ਗੀਤੇ ਜੇਲਦਾਰ ਰਹੀ ਹੁਣ ਸ਼ੋਅ ਕਰਾਉਣਾ ਤੇ ਉਦੋਂ ਫਿਰ ਪਾਸਪੋਰਟ ਦੀ ਫੋਟੋ ਭੇਜਣੀ ਹੈ ਮੈਂ ਟਿਕਟ ਕਰਾਉਣ ਲੱਗਿਆ ਤੇ ਮੈਨੂੰ ਪਾਸਪੋਰਟ ਬਿਲਕੁਲ ਉਦੋਂ ਤੁਹਾਨੂੰ ਜ਼ਰੂਰ ਭੇਜੂਗਾ ਦੱਸ ਦੂੰਗਾ ਜੀ ਭਾਜੀ ਇਸ ਨਾਮ ਤੇ ਕਰਾ ਦਿਓ ਸੋ ਗੀਤੇ ਜੇਲਦਾਰ ਬਾਈ ਨੇ ਹੁਣ ਅਮਰੀਕਾ ਦੇ ਵਿੱਚ ਵੀ ਖੁੱਲ੍ਹ ਕੇ ਪ੍ਰੋਗਰਾਮ ਲਾਉਣੇ ਆ ਇਹਨਾਂ ਕੋਲੇ ਵਰਕ ਪਰਮਿਟ ਅਮਰੀਕਾ ਦਾ ਹੈਗਾ ਸੋ ਅਮਰੀਕਾ ਦੇ ਵਿੱਚ ਜਿੰਨੇ ਵੀ ਸ਼ੋਅ ਤੁਸੀਂ ਬੁੱਕ ਕਰਾਉਣਾ ਚਾਹੋ ਬਾਈ ਨੂੰ ਕਰਾ ਸਕਦੇ ਹੋ ਸੋ ਅਮਰੀਕਾ ਦੇ ਵਿੱਚ ਹੁਣ ਆਏ ਹੋਏ ਇਸ ਤੋਂ ਬਾਅਦ ਇੰਡੀਆ ਦਾ ਟੂਰ ਆ ਫਿਰ ਉਸ ਤੋਂ ਬਾਅਦ ਆਸਟ੍ਰੇਲੀਆ ਜਾਣਾ ਫਿਰ ਹੁਣ ਦੁਨੀਆ ਦੇ ਵਿੱਚ ਸਾਰੇ ਘੁੰਮਣਾ ਹਨਾ ਹਾਂਜੀ ਮੈਂ ਆਸਟ੍ਰੇਲੀਆ ਵੀ ਦੇਖ 2010 ਤੋਂ ਬਾਅਦ ਮੈਂ ਆਸਟ੍ਰੇਲੀਆ ਹੁਣ 2014 'ਚ ਸਿਰਫ ਇੱਕ ਸ਼ੋਅ ਕਰਕੇ ਆਇਆ ਕਿਉਂਕਿ ਹਰ ਸ਼ੋਆਂ ਦਾ ਸਿਸਟਮ ਇੱਦਾਂ ਦਾ ਵੀ ਤੁਹਾਨੂੰ ਉਹ ਸ਼ੋਅ ਕਰਨ ਲਈ ਟਾਈਮ ਚਾਹੀਦਾ ਬੁਕਿੰਗ ਘੱਟੋ ਘੱਟ ਇੰਗਲੈਂਡ ਦੀ 5 ਮਹੀਨੇ ਪਹਿਲਾਂ ਬੁਕਿੰਗ ਸ਼ੁਰੂ ਹੋ ਜਾਂਦੀ ਸੀ ਸੋ ਕੋਈ ਵੀਕਐਂਡ ਵਿਹਲਾ ਨਹੀਂ ਸੀ ਵੱਧਦਾ ਜੇ ਕੋਈ ਇਨਕੁਆਇਰੀ ਆਉਂਦੀ ਸਾਨੂੰ ਜਵਾਬ ਦੇਣਾ ਪੈਂਦਾ ਸੀ ਸੋ ਹੁਣ ਇਸੇ ਕਰਕੇ ਸਿਸਟਮ ਰੱਖ ਕੇ ਇੱਦਾਂ ਦਾ ਕੀਤਾ ਇਸ ਵਾਰ ਸਾਰਾ ਵੀ ਇਹ ਮਹੀਨੇ ਜਿਹੜੇ ਇਹਨਾਂ ਦੇ ਵਿੱਚ ਕੁਛ ਕੁ ਵੀਕਐਂਡ ਇੰਗਲੈਂਡ ਰੱਖਾਂਗੇ ਬਾਕੀ ਦੇ ਅਮਰੀਕਾ ਕੈਨੇਡਾ ਲਈ ਰੱਖਾਂਗੇ ਸੋ ਉਹਨਾਂ ਦਿਨਾਂ ਦੀ ਅਸੀਂ ਇੰਗਲੈਂਡ ਦੀ ਬੁਕਿੰਗ ਨਹੀਂ ਫੜਨੀ ਸਮਰ ਦੇ ਵਿੱਚ ਸੋ ਅਮਰੀਕਾ ਅਸੀਂ ਅਗਲੇ ਸਾਲ ਜਿਹੜਾ ਵਿਸਾਖੀ ਤੋਂ ਲੈ ਕੇ ਤੇ ਅਕਤੂਬਰ ਨਵੰਬਰ ਤੱਕ ਜਦੋਂ ਤੱਕ ਇੰਡੀਆ ਦਾ ਸੀਜ਼ਨ ਨਹੀਂ ਸ਼ੁਰੂ ਹੁੰਦਾ ਉਨੀ ਦੇਰ ਮੈਂ ਅਮਰੀਕਾ ਵਿੱਚ ਕੋਸ਼ਿਸ਼ ਕਰੂੰਗਾ ਮੈਕਸੀਮ ਜਿਹੜੇ ਸ਼ੋਅ ਲਾਏ ਜਾਣ ਠੀਕ ਹੈ ਸੋ ਬਾਈ ਹੁਣ ਇਹ ਦੱਸਿਓ ਵੀ ਜਦੋਂ ਤੁਸੀਂ ਗਾਇਕੀ ਦੇ ਵਿੱਚ ਸ਼ੁਰੂਆਤ ਕੀਤੀ ਹਨਾ ਨੈਣ ਟੇਪ ਸੀ ਮੇਰੇ ਖਿਆਲ ਹਨਾ ਹਾਂਜੀ ਉਸ ਤੋਂ ਬਾਅਦ ਫਿਰ ਤੁਸੀਂ ਨਾ ਜਦੋਂ ਸਭ ਤੋਂ ਵੱਡਾ ਹਿੱਟ ਤੁਹਾਡਾ ਹੋਇਆ ਉਹ ਹੋਇਆ ਜਾ ਕੇ ਡਿਊਟ ਜਿਹੜਾ ਸਿਟੀ ਮਾਰ ਕੇ ਬੁਲਾਉਣੋਂ ਹਟ ਜਾਣਾ ਹਾਂਜੀ ਪਹਿਲਾਂ ਵੀ ਸੀਗੇ ਹਿੱਟ ਦਿਲ ਦੀ ਰਾਣੀ ਮੇਰੇ ਖਿਆਲ ਟੇਪ ਸੀ ਦਿਲ ਦੀ ਰਾਣੀ ਸਭ ਤੋਂ ਪਹਿਲੀ ਨਾਗਾ ਵਰਗੇ ਨੈਣ ਕੁੜੀ ਦੇ ਦਿਲ ਦੀ ਰਾਣੀ ਸਭ ਤੋਂ ਪਹਿਲੀ ਸੀ ਸੈਕੰਡ ਸੀਗੀ ਸਿਟੀ ਮਾਰ ਕੇ ਬੁਲਾਉਣੋਂ ਹਟ ਉਹ ਜਦੋਂ ਸਿਟੀ ਇੰਨਾ ਹਿੱਟ ਹੋ ਗਿਆ ਹਨਾ ਹਾਂਜੀ ਫਿਰ ਉਹ ਸਟੇਜ ਤੇ ਗੀਤਾ ਜੈਲਦਾਰ ਸਿਟੀ ਇਕੱਲੇ ਨੂੰ ਕਿਵੇਂ ਗਾਉਂਦਾ ਉਹ ਲੋਕੀ ਐ ਨਹੀਂ ਕਹਿੰਦਾ ਵੀ ਪੂਜਾ ਨੂੰ ਨਾਲ ਲੈ ਕੇ ਆਉਣਾ ਇਹ ਦੇਖੋ ਜੀ ਜਦੋਂ ਤੁਸੀਂ ਐਕਚੁਅਲੀ ਤੁਹਾਡਾ ਡਿਊਟ ਗਾਣਾ ਹਿੱਟ ਹੋ ਜਾਏ ਉਹ ਵੀ ਇੰਨਾ ਜ਼ਿਆਦਾ ਹੋਟਾ ਜਿਹੜਾ ਕਿ ਹਰ ਇੱਕ ਬੰਦੇ ਦੀ ਜ਼ੁਬਾਨ ਤੇ ਹੋਵੇ ਬਿਲਕੁਲ ਉਦੋਂ ਉਹਦੇ ਲਈ ਤਾਂ ਆਬਵੀਅਸਲੀ ਲੋਕ ਉਹ ਚੀਜ਼ ਤਾਂ ਭਾਲਦੇ ਨੇ ਵੀ ਇੱਕ ਫੀਮੇਲ ਆਰਟਿਸਟ ਜ਼ਰੂਰ ਚਾਹੀਦੀ ਹੈ ਉਦੋਂ ਮੇਰਾ ਸਾਥ ਜਿਹੜਾ ਬਹੁਤ ਸਾਰੀਆਂ ਪੰਜਾਬ ਦੀਆਂ ਆਰਟਿਸਟ ਸਿੰਗਰ ਫੀਮੇਲ ਨੇ ਉਹਨਾਂ ਨੇ ਬਹੁਤ ਸਾਥ ਦਿੱਤਾ ਜਿਹੜੇ ਉਦੋਂ ਫ੍ਰੀ ਹੁੰਦੇ ਸੀ ਉਹਨਾਂ ਨੂੰ ਮੈਂ ਸ਼ੋਅ ਦੇ ਨਾਲ ਸਪੈਸ਼ਲ ਕੋਸ਼ਿਸ਼ ਕਰੀ ਦੀ ਸੀ ਪਰ ਐ ਨਹੀਂ ਲੱਗਦਾ ਡਿਊਟ ਕਾ ਕੇ ਹੁਣ ਪੱਗਾ ਜਿਹਾ ਲੈ ਲਿਆ ਹਰੇਕ ਪ੍ਰੋਗਰਾਮ ਦੇ ਨਾਲ ਕੁੜੀ ਲੈ ਕੇ ਜਾਣੀ ਪੈਂਦੀ ਸੀ ਨਹੀਂ ਮੈਂ ਪਰ ਇਦਾਂ ਦਾ ਸਿਸਟਮ ਹੀ ਨਹੀਂ ਸੀ ਰੱਖਿਆ ਮੇਰਾ ਸ਼ੁਰੂ ਤੋਂ ਕੰਮ ਸੀ ਕਿ ਮੈਂ ਸੋਲੋ ਹੀ ਗਾਉਣਾ ਮੈਂ ਜਿਹੜੀ ਪਾਰਟੀ ਜਦੋਂ ਵੀ ਬੁੱਕ ਕਰਦੀ ਸੀ ਉਹਨਾਂ ਨੂੰ ਪਹਿਲਾਂ ਕਹਿੰਦੇ ਭਾਜੀ ਜੇ ਫੀਮੇਲ ਚਾਹੀਦੀ ਆ ਇੱਕ ਤਾਂ ਉਹਦੇ ਪੈਸੇ ਐਕਸਟਰਾ ਲੱਗਣਗੇ ਨੰਬਰ 2 ਤੇ ਕੋਸ਼ਿਸ਼ ਕਰੋ ਵੀ ਕੋਈ ਇੱਕ ਗਾਣਾ ਹੈ ਅਸੀਂ ਉਹ ਵਧੀਆ ਤਰੀਕੇ ਨਾਲ ਅਸੀਂ ਦੋਨੋਂ ਪਾਰਟ ਨਿਭਾ ਦਿੰਦੇ ਹਾਂ ਸੋ 10% ਲੋਕ ਹੁੰਦੇ ਵੀ ਨਹੀਂ ਯਾਰ ਫੀਮੇਲ ਜ਼ਰੂਰ ਚਾਹੀਦੀ ਹੈ ਸਾਨੂੰ ਫਿਰ ਮੋਸਟਲੀ ਮੇਰੇ ਸ਼ੋਅ ਜਿਹੜੇ ਗੁਰਲੇਜ ਅਖਤਰ ਦੀ ਨਾਲ ਲਾਉਂਦੇ ਹੁੰਦੇ ਸੀ ਤੇ ਜਾਂ ਉੱਥੋਂ ਜਿੰਨੇ ਵੀ ਅੱਛੇ ਆਰਟਿਸਟ ਜਿਹੜੇ ਫੀਮੇਲ ਕੁੜੀਆਂ ਨੇ ਉਹਨਾਂ ਨੇ ਬੜਾ ਸਾਥ ਦਿੱਤਾ ਉਹਨਾਂ ਨੂੰ ਕਹਿ ਦਿੱਤਾ ਵੀ ਅੱਜ ਆਹ ਡੇਟ ਦੀ ਸਾਡੀ ਡੇਟ ਲਿਖ ਲਿਓ ਵੀ ਸਿਟੀ ਗਾਣਾ ਤੁਸੀਂ ਸਾਡੇ ਨਾਲ ਗਾਉਣਾ ਉਹ 3-4 ਵਾਰੀ ਫਿਰ ਗਾਉਣਾ ਹੁੰਦਾ ਸੀਗਾ ਸੋ ਕੰਮ ਚੱਲਦਾ ਰਿਹਾ ਉਸ ਤੋਂ ਬਾਅਦ ਫਿਰ ਸੋਲੋ 'ਚ ਮੈਂ ਸਾਰਾ ਕੰਮ ਸ਼ੁਰੂ ਕਰ ਦਿੱਤਾ ਕਿਤੇ ਬਈ ਇੱਕ ਇਹ ਦੱਸਿਓ ਵੀ ਜਿਵੇਂ ਨਾ ਹੁਣ ਆਪਾਂ ਥੋੜੀ ਜਿਹੀ ਗੰਭੀਰ ਗੱਲਾਂ ਥੋੜੀਆਂ ਜਿਹੀਆਂ ਤੇ ਆ ਜਾਈਏ ਹਨਾ ਬਿਲਕੁਲ ਜੀ ਬਿਲਕੁਲ ਜਿਵੇਂ ਤੁਸੀਂ ਅਮਰੀਕਾ ਕੈਨੇਡਾ ਦੇ ਵਿੱਚ ਰਹਿੰਦੇ ਹੋ ਹਨਾ ਹਾਂਜੀ ਉੱਥੋਂ ਤਾਂ ਸਰਕਲ ਬਣ ਜਾਂਦਾ ਹੈ ਉੱਥੇ ਫੈਮਿਲੀ ਸਾਰੀ ਰਹਿੰਦੀ ਆ ਹਨਾ ਪੰਜਾਬ ਤੋਂ ਦੂਰ ਆ ਜਾਂਦੇ ਹੋ ਪੰਜਾਬ ਵਾਲੇ ਸਰਕਲ ਤੋਂ ਇੱਕ ਤਰ੍ਹਾਂ ਤੁਸੀਂ ਟੁੱਟ ਕੇ ਵਿਦੇਸ਼ਾਂ ਵਾਲੇ ਸਰਕਲ 'ਚੋਂ ਆ ਗਏ ਹਨਾ ਹਾਂਜੀ ਤੇ ਫਿਰ ਉਸ ਟਾਈਮ ਤੇ ਗਾਇਕੀ ਨੂੰ ਜਾਰੀ ਰੱਖਣਾ ਖਾਸ ਤੌਰ ਤੇ ਹੁਣ ਜਿਵੇਂ ਤੁਸੀਂ ਪੰਜਾਬ ਜਾਣਾ ਤੇ ਉੱਥੇ ਜਾ ਕੇ ਇੱਕੋ ਦਮ ਸ਼ੋਅ ਕਰਨੇ ਤੇ ਔਖਾ ਨਹੀਂ ਲੱਗਦਾ ਇਸ ਤਰ੍ਹਾਂ ਵੀ ਇੱਥੋਂ ਨੂੰ ਵੀ ਮੈਨੇਜ ਕਰਨਾ ਉੱਥੇ ਵੀ ਮੈਨੇਜ ਕਰਨਾ ਐਕਚੁਅਲੀ ਜਦੋਂ ਤੁਸੀਂ ਆਈ ਥਿੰਕ ਇਹ ਇਦਾਂ ਦਾ ਕੰਮ ਹੈ ਇਦਾਂ ਦਾ ਬਿਜ਼ਨਸ ਹੈ ਇਹਦੇ ਵਿੱਚ ਜੇ ਤੁਸੀਂ 100% ਇਸੇ ਕੰਮ ਤੇ ਰਹਿੰਦੇ ਹੋ ਤੇ ਥੋੜਾ ਈਜ਼ੀ ਹੁੰਦਾ ਤੁਹਾਨੂੰ ਮੈਨੇਜ ਕਰਨਾ ਮੇਰਾ 10-15% ਸਰਕਲ ਦੇ ਲੋਕ ਹਲੇ ਪੰਜਾਬ 'ਚ ਵੀ ਨੇ ਤੇ ਉਹੀ ਸ਼ੁਰੂ ਤੋਂ ਮੇਰੇ ਨਾਲ ਨੇ ਉਹੀ ਉਹਨਾਂ ਵਿੱਚੋਂ 1-2 ਮੁੰਡੇ ਮੇਰਾ ਕੰਮ ਦੇਖਦੇ ਨੇ ਤੇ ਕੈਨੇਡਾ ਅਮਰੀਕਾ ਦਾ ਵੱਖਰਾ ਸਿਸਟਮ ਰੱਖਿਆ ਹੋਇਆ ਇੰਗਲੈਂਡ ਇੱਕ ਹੋਰ ਟੀਮ ਦੋਸਤ ਨੇ ਉਹ ਸੰਭਾਲਦੇ ਨੇ ਸੋ ਸਾਰਾ ਜਿਹੜਾ ਕੰਮ ਹੈ ਦੋਸਤਾਂ ਦੇ ਵਿੱਚ ਵੰਡਿਆ ਹੋਇਆ ਸੋ ਬਹੁਤ ਸੌਖਾ ਜਿਹਾ ਲੱਗਦਾ ਕਿ ਸਾਰਿਆਂ ਮੁਲਕਾਂ ਨੂੰ ਜਿਹੜਾ ਮੈਨੇਜ ਕਰਨਾ ਪਰ ਹੁਣ ਪੰਜਾਬ ਜਾ ਕੇ ਸ਼ੋਅ ਲਾਉਣੇ ਥੋੜਾ ਜਿਹਾ ਆਏ ਨਹੀਂ ਲੱਗਦਾ ਮਨ ਦੇ ਵਿੱਚ ਇੱਕ ਧੁਰ-ਧੁਰੂ ਜਾਂ ਨਹੀਂ ਹੈਗਾ ਸਿੱਧੂ ਮੂਸੇਵਾਲੇ ਦੀ ਘਟਨਾ ਤੋਂ ਬਾਅਦ ਕਿਉਂਕਿ ਸਿੰਗਰ ਉੱਤੇ ਇੱਕ ਸਹਿਮ ਦੇ ਮਾਹੌਲ ਦੇ ਵਿੱਚ ਨੇ ਜਿਹੜੇ ਜ਼ਿਆਦਾ ਹਿੱਟ ਹੋ ਜਾਂਦੇ ਉਹਨਾਂ ਤੇ ਕੋਈ ਨਾ ਕੋਈ ਰੇਡ ਪਈ ਜਾਂਦੀ ਆ ਪਿੱਛੇ ਜੇ ਆਪਾਂ ਦੇਖਿਆ ਰਣਜੀਤ ਬਾਵਾ ਕਮਰ ਗਰੇਵਾਲ ਹਰਭਜਨ ਮਾਨ ਦਾ ਵੀ ਹੁਣ ਨਾਮ ਆ ਗਿਆ ਹਨਾ ਨਾਲੇ ਤਾਂ ਹੁਣ ਸਰਕਾਰ ਹੀ ਤੁਹਾਡੀ ਆਪਦੇ ਕਲਾਕਾਰ ਦੀ ਆ ਫਿਰ ਵੀ ਕਲਾਕਾਰ ਆ ਜਿਹੜੇ ਉਹ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰਦੇ ਪੰਜਾਬ ਜਾਣ ਦੇ ਲੱਗੇ ਆਏ ਮਨ ਦੇ ਵਿੱਚ ਇਹ ਕਦੇ ਆਉਂਦਾ ਨਹੀਂ ਕਿ ਉੱਥੇ ਜਾ ਕੇ ਥੋੜਾ ਜਿਹਾ ਪ੍ਰੋਗਰਾਮ ਲਾਉਣੇ ਹੁਣ ਰਿਸਕ ਆ ਪਹਿਲਾਂ ਨਾਲੋਂ ਐਕਚੁਅਲੀ ਦੇਖੋ ਜੀ ਆਰਟਿਸਟ ਵਾਸਤੇ ਵੈਸੇ ਕਦੀ ਵੀ ਇਹ ਸੌਖਾ ਕੰਮ ਨਹੀਂ ਸੀ ਕਿਉਂਕਿ ਤੁਸੀਂ ਜਦੋਂ ਵੀ ਵਿਆਹਾਂ ਦੇ ਅਸੀਂ ਪ੍ਰੋਗਰਾਮ ਕਰਦੇ ਹਾਂ ਮੈਨੂੰ 17-18 ਸਾਲ ਹੋ ਗਏ ਕਰਦੇ ਨੂੰ ਤੇ ਉਦੋਂ ਵੀ ਜਦੋਂ ਵੀ ਅਸੀਂ ਕਿਸੇ ਵੀ ਸਟੇਜ 'ਤੇ ਜਾਂਦੇ ਥੋੜ੍ਹਾ ਜਿਹਾ ਇੱਕ ਘਬਰਾਹਟ ਤਾਂ ਜ਼ਰੂਰ ਹੁੰਦੀ ਸੀ ਕਿਉਂਕਿ ਉੱਥੇ ਜਿਹੜਾ ਅਸਲਾ ਵਗੈਰਾ ਆਮ ਹੀ ਆਪਣੇ ਲੋਕ ਲਈ ਫਿਰਦੇ ਨੇ ਤੇ
ਮਾਹੌਲ ਜਿਹੜਾ ਦਾਰੂ ਸਿੱਕਾ ਵੀ ਵਿਆਹ ਜ਼ਰੂਰ ਹੁੰਦਾ ਨਾ ਸੋ ਦਾਰੂ ਪੀ ਕੇ ਕਈ ਮਤਲਬ ਕਿਸੇ ਬੰਦੇ ਦਾ ਦਿਮਾਗ ਵੀ ਫਿਰਦਾ ਹਨਾ ਸੋ ਪੰਗੇ ਪਹਿਲਾਂ ਵੀ ਵਿਆਹਾਂ 'ਚ ਬਹੁਤ ਹੁੰਦੇ ਰਹੇ ਨੇ ਆਰਟਿਸਟਾਂ ਦੇ ਨਾਲ ਤੇ ਬਟ ਮੈਂ ਲੱਕੀ ਹਾਂ ਪਤਾ ਨਹੀਂ ਕੋਈ ਕੁਦਰਤ ਵੱਲੋਂ ਹੈ ਕਿ ਇੱਕਾ ਦੋਕਾ ਵਿਆਹਾਂ 'ਤੇ ਖਤਰ ਖਰਾਬੀਆਂ ਹੋਣ ਤੋਂ ਬਿਨਾਂ ਮੇਰੇ ਨਾਲ ਅੱਜ ਤੱਕ ਕਦੀ ਕਿਸੇ ਨੇ ਕੋਈ ਏਦਾਂ ਦਾ ਮੇਰੇ ਨਾਲ ਕੋਈ ਹੈਪਨ ਨਹੀਂ ਹੋਇਆ ਸੋ ਮੈਨੂੰ ਲੱਗਦਾ ਕਿ ਡਰਨ ਦੀ ਲੋੜ ਨਹੀਂ ਹੌਸਲੇ ਨਾਲ ਕੰਮ ਕਰੋ ਕਿਉਂਕਿ ਇਹ ਏਦਾਂ ਦਾ ਫੀਲਡ ਹੈ ਇਹਦੇ ਵਿੱਚ ਬਹੁਤ ਉਤਰਾਅ ਚੜਾਅ ਆਏ ਨੇ ਬਹੁਤ ਵਾਰੀ ਆਰਟਿਸਟਾਂ ਦੀਆਂ ਜਾਨਾਂ ਵੀ ਗਈਆਂ ਨੇ ਇਸ ਕੰਮ ਦੇ ਵਿੱਚ ਬਟ ਤੁਸੀਂ ਇੱਕ ਸੱਭਿਆਚਾਰ ਦਾ ਕਲਚਰ ਇਹਨੂੰ ਛੱਡ ਕੇ ਨਹੀਂ ਬੈਠ ਸਕਦੇ ਇਹਦੇ ਨਾਲ ਬਹੁਤ ਸਾਰੇ ਲੋਕਾਂ ਦੀ ਰੋਜ਼ੀ ਰੋਟੀ ਚੱਲਦੀ ਹੈ ਬਹੁਤ ਸਾਰੇ ਲੋਕਾਂ ਨੂੰ ਇਹ ਤੋਂ ਸਿੱਖਿਆ ਮਿਲਦੀ ਹੈ ਜਿਸ ਜਿਵੇਂ ਕਿ ਆਪਾਂ ਕਹਿ ਸੋਚ ਲਓ ਕਿ ਬਾਹਰ ਅਮਰੀਕਾ ਕੈਨੇਡਾ ਜਾਂ ਬਾਹਰਲੇ ਮੁਲਕਾਂ 'ਚ ਜਿਹੜੇ ਬੱਚੇ ਬੋਰਨ ਹੁੰਦੇ ਨੇ ਉਹਨਾਂ ਕੋਲ ਪੰਜਾਬੀ ਸਿੱਖਣ ਦਾ ਹੋਰ ਕੋਈ ਜ਼ਰੀਆ ਹੀ ਨਹੀਂ ਫਿਲਮਾਂ ਅਤੇ ਗੀਤ ਨੇ ਕਿਉਂਕਿ ਆਪਣੇ ਤੋਂ ਇੰਨਾ ਟਾਈਮ ਹੀ ਨਹੀਂ ਦੇ ਹੁੰਦਾ ਬੱਚਿਆਂ ਨੂੰ ਕਿ ਆਪਾਂ ਰੋਜ਼ ਉਹਨਾਂ ਨੂੰ ਇੱਕ ਪੰਜਾਬੀ ਕਲਾਸ 'ਤੇ ਲੈ ਕੇ ਜਾਈਏ ਕੰਮ ਕਾਰਾਂ 'ਚ ਸੋ ਸੰਗੀਤ ਨੂੰ ਜਾਰੀ ਰੱਖਣਾ ਚਾਹੀਦਾ ਡਰਨਾ ਨਹੀਂ ਚਾਹੀਦਾ ਜਿੱਥੇ ਐਡੇ ਐਡੇ ਉਤਰਾਅ ਚੜਾਅ ਆਉਂਦੇ ਨੇ ਉੱਥੇ ਚੰਗੇ ਦਿਨ ਵੀ ਕਾਸ ਰੱਖਣੀ ਚਾਹੀਦੀ ਉਹ ਜਲਦੀ ਸ਼ੁਰੂ ਹੋ ਜਾਣੀ ਪਰ ਗੀਤੇ ਭਾਈ ਐਂ ਨਹੀਂ ਲੱਗਦਾ ਵੀ ਜਿਹੜੀਆਂ ਗੱਲਾਂ ਹੁਣ ਪੰਜਾਬ ਦੇ ਵਿੱਚ ਹੋ ਰਹੀਆਂ ਹੈ ਹਾਂਜੀ ਚਾਹੇ ਤਾਂ ਉਹ ਆਪਾਂ ਜਿਵੇਂ ਤੁਸੀਂ ਗੱਲ ਕੀਤੀ ਵੀ ਉੱਥੇ ਪੈਗ ਸ਼ੈਗ ਦਾ ਮਾਹੌਲ ਚੱਲਦਾ ਹੁੰਦਾ ਲਲਕਾਰੇ ਚੱਲਦੇ ਹੁੰਦੇ ਹਨਾ ਤੇ ਕਲਾਕਾਰ ਹੀ ਕਹਿੰਦੇ ਆ ਵੀ ਦੋ ਪੈਗ ਲਾ ਕੇ ਲੱਗਦਾ ਹੈ ਮਿੱਤਰਾਂ ਨੂੰ ਹਨਾ ਸਾਰਾ ਪਿੰਡ ਹਨਾ ਲਲਕਾਰੇ ਜਾਂ ਮਤਲਬ ਤੇ ਕਲਾਕਾਰਾਂ ਦੇ ਗੀਤਾਂ ਨੂੰ ਵੇਖ ਕੇ ਹੀ ਮੈਨੂੰ ਲੱਗਦਾ ਵੀ ਮੁੰਡੇ ਜਿਹੜੇ ਉਹ ਗੋਲੀਆਂ ਚਲਾਉਣ ਵੱਲ ਨੂੰ ਹੋਏ ਆ ਜਾਂ ਇਹ ਗੈਂਗਸਟਰ ਵਾਲਾ ਮਾਹੌਲ ਆ ਜਿਹੜਾ ਜਦੋਂ ਕਹਿੰਦੇ ਆ ਵੀ ਪਿੰਡ ਪਿਆ ਸਾਰਾ ਗੈਂਗਲੈਂਡ ਬਣਿਆ ਹਨਾ ਤੇ ਕਿਤੇ ਨਾ ਕਿਤੇ ਤੁਹਾਨੂੰ ਐਂ ਲੱਗਦਾ ਵੀ ਇਹ ਕਲਾਕਾਰਾਂ ਦੇ ਆਪਦੇ ਹੀ ਟੋਏ ਪੁੱਟੇ ਹੋਏ ਆ ਜਿਹਦੇ ਵਿੱਚ ਹੁਣ ਡਿੱਗਣ ਤੋਂ ਸਾਰੇ ਕਲਾਕਾਰ ਡਰਦੇ ਪਏ ਆ ਤੁਹਾਡੀ ਗੱਲ ਇਦਾਂ ਹੈ ਭਾਜੀ ਵੀ ਕੁਛ ਕੁ ਗੀਤ ਜਿਹੜੇ ਨੇ ਹੁੰਦੇ ਨੇ ਉਹ ਅਸਰ ਕਰ ਜਾਂਦੇ ਨੇ ਕੁਛ 1% ਲੋਕਾਂ ਦੇ ਵੀ ਉਹ ਲੋਕ ਉਹ ਉਸ ਗੀਤ ਨੂੰ ਉਦਾਂ ਦੇ ਜਿਹੜੇ ਗੀਤ ਦਾ ਮਾਹੌਲ ਹੁੰਦਾ ਉਹਨੂੰ ਆਪਣੇ ਵਿੱਚ ਜਿਹੜਾ ਦੇਖਣ ਲੱਗ ਪੈਂਦੇ ਮੈਂ ਵੀ ਇਹਦੇ ਇਹ ਬਣ ਸਕਦਾ ਬਟ 1% ਦੇ ਨਾਲ ਮੈਨੂੰ ਲੱਗਦਾ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਪੈਂਦਾ ਜਿੱਥੇ ਹੋਰ ਬਹੁਤ ਸਾਰੇ ਸੌਆਂ ਦੇ ਹਿਸਾਬ ਨਾਲ ਚੰਗੇ ਗੀਤ ਜਿਹੜੇ ਆਉਂਦੇ ਨੇ ਉਹ ਜਿਹੜੇ ਗੀਤਾਂ ਤੋਂ ਲੋਕ ਪ੍ਰਭਾਵਿਤ ਹੋ ਕੇ ਉਸ ਫੀਲਡ 'ਚ ਜਾਣਾ ਚਾਹੁੰਦੇ ਨੇ ਆਈ ਥਿੰਕ ਉਹਨਾਂ ਨੂੰ ਹਰ ਵਰਗ ਦਾ ਗੀਤ ਸੁਣਨਾ ਚਾਹੀਦਾ ਉਹਨਾਂ ਨੂੰ ਸਮਝ ਲੱਗੇ ਵੀ ਸਾਰਾ ਕੁਛ ਜਿਹੜਾ ਇੱਦਾਂ ਦਾ ਇਹ ਹਥਿਆਰਬਾਜ਼ੀ ਦੇ ਵਿੱਚ ਹੀ ਨਹੀਂ ਸਾਰਾ ਕੁਛ ਹੋਰ ਬਹੁਤ ਕੁਛ ਹੈ ਪੰਜਾਬ ਦਾ ਤਾਂ ਕਲਚਰ ਇੰਨਾ ਰਿਚ ਹੈ ਉਹਦੇ 'ਚੋਂ ਜਿਹੜਾ ਮਰਜ਼ੀ ਗਾਣਾ ਸਾਡੇ ਕੋਲ ਤਾਂ ਬੁੱਕਸ ਇੰਨੀਆਂ ਨੇ ਅਤੇ ਪਰ ਸਾਡੀ ਕਮੀ ਇਹ ਵੀ ਸਾਡੇ ਜਿਹੜੀਆਂ ਬੁੱਕਸ ਪ੍ਰੋਪਰ ਤਰੀਕੇ ਨਾਲ ਪੜ੍ਹਾਈਆਂ ਨਹੀਂ ਗਈਆਂ ਸੋ ਇਸ ਕਰਕੇ ਸਾਰਾ ਇਲਜ਼ਾਮ ਹੁਣ ਕਲਾਕਾਰਾਂ 'ਤੇ ਲੱਗ ਰਿਹਾ ਪਰ ਹੁਣ ਕਲਾਕਾਰਾਂ ਦੇ ਗੀਤਾਂ ਦੇ ਵਿੱਚ ਹੀ ਆਪਾਂ ਦੇਖਦੇ ਸੀ ਨਾ ਉਹ ਗੁੰਡਾਗਰਦੀ ਬਦਮਾਸ਼ੀ ਉਹ ਜ਼ਿਆਦਾ ਟ੍ਰੈਂਡ ਚੱਲ ਪਿਆ ਸੀ ਪਿਛਲੇ ਸਮੇਂ ਦੇ ਵਿੱਚ ਪਿਛਲੇ 4-5 ਸਾਲਾਂ ਦੇ ਵਿੱਚ ਤਾਂ ਬਹੁਤ ਜ਼ਿਆਦਾ ਹੋ ਗਿਆ ਕੋਈ ਤੁੰਬੀ ਨਾਲ ਗੀਤ ਨਹੀਂ ਗਾਉਂਦਾ ਕੋਈ ਡਬਰੀ ਨਾਲ ਨਹੀਂ ਹੁਣ ਗਾਉਂਦਾ ਕੋਈ ਮੌਜ਼ਰ ਨਾਲ ਆ ਕੋਈ ਗਨ ਨਾਲ ਆ ਇਹ ਬਦਮਾਸ਼ੀ ਵਾਲੀ ਕਲਾਕਾਰੀ ਆ ਜਿਹੜੀ ਇਹ ਚੀਜ਼ ਇਹ ਕਿਉਂ ਆ ਗਈ ਇਹ ਵੈਸੇ ਆਉਣੀ ਨਹੀਂ ਸੀ ਚਾਹੀਦੀ ਤੇ ਤੁਹਾਨੂੰ ਜਾਂ ਪੁਰਾਣੇ ਕਲਾਕਾਰ ਆ ਜਿਹੜੇ ਬਾਈ ਨਛੱਤਰ ਗਿੱਲ ਹੋਣੀ ਆ ਤੁਹਾਡੇ ਹੱਥ ਸਮਕਾਲੀ ਆ ਨਿੱਕੂ ਹੋਣੀ ਆ ਰਵਿੰਦਰ ਗਰੇਵਾਲ ਨੁਕਸਾਨ ਹੋਇਆ ਉਹਨਾਂ ਨੂੰ ਇਹਦਾ ਦੇਖੋ ਮੇਰਾ ਤਾਂ ਹਾਲੇ ਤੱਕ ਕੰਮਕਾਰ ਵਧੀਆ ਰੁੜਿਆ ਫਿਰਦਾ ਨਾ ਵੀ ਜੇ ਜਿਹੜੇ ਭਰਾ ਨੇ ਉਹਨਾਂ ਦਾ ਕਈਆਂ ਦਾ ਨੁਕਸਾਨ ਹੋਇਆ ਵੀ ਹੋ ਸਕਦਾ ਕਿਉਂਕਿ ਆਪਾਂ ਬਹੁਤਾ ਜ਼ਿਆਦਾ ਕਿਸੇ ਤੋਂ ਮਿਲਦੇ ਵੀ ਨਹੀਂ ਹੈਗੇ ਆਪਾਂ ਬਹੁਤੀਆਂ ਕਿਸੇ ਕੋਈ ਬੰਦਾ ਕਿਸੇ ਕੋਲ ਢਿੱਡ ਵੀ ਨਹੀਂ ਫੋਲਦਾ ਸਮ ਟਾਈਮ ਹੈ ਨਾ ਬਿਲਕੁਲ ਸੋ ਬਾਬਿਆਂ ਕੋਲੇ ਨਿੱਕੂ ਵਾਂਗੂ ਜਾਣਾ ਪੈਂਦਾ ਕਈ ਵਾਰੀ ਹਨਾ ਮਜਬੂਰੀ ਬਣ ਜਾਂਦੀ ਹੈ ਤੇ ਮੈਨੂੰ ਲੱਗਦਾ ਆਹ ਕਲਚਰ ਆਇਆ ਜਿਹਦੇ ਕਰਕੇ ਪੁਰਾਣੇ ਕਲਾਕਾਰਾਂ ਕੋਲੇ ਸ਼ੋਅ ਘਟਿਆ ਹੋ ਸਕਦਾ ਜੀ ਕੁਛ ਬਹੁਤ ਸਾਰੇ ਲੋਕਾਂ ਨੂੰ ਫਰਕ ਪਿਆ ਹੋਵੇ ਇਸ ਕੰਮ ਦਾ ਤੇ ਬਟ ਮੈਨੂੰ ਲੱਗਦਾ ਕਿ ਗੀਤਾਂ ਦੇ ਨਾਲ ਬਹੁਤਾ ਫਰਕ ਨਹੀਂ ਕਿਉਂਕਿ ਜਦੋਂ ਆਪਾਂ ਸਾਊਥ ਦੀਆਂ ਫਿਲਮਾਂ ਦੇਖਦੇ ਹਾਂ ਉਹਨਾਂ ਦੀਆਂ ਫਿਲਮਾਂ 'ਚ ਤਾਂ ਜਾਂ ਬਹੁਤ ਕੁਛ ਇਸੇ ਉਹਨੀਆਂ ਜ਼ਿਆਦਾਤਰ ਫਿਲਮਾਂ ਬੇਸਡ ਹੁੰਦੀਆਂ ਇਸ ਕੰਮ ਦੇ ਗੈਂਗਸਟਰ ਵਾਰ ਦੇ ਪਰ ਤੁਸੀਂ ਦੇਖੋ ਵੀ ਸਾਊਥ ਦੇ ਲੋਕ ਕਿੰਨੇ ਸਟੱਡੀ ਕਿੰਨੇ ਪੜ੍ਹੇ ਲਿਖੇ ਨੇ ਜੇ ਸਾਡਾ ਐਜੂਕੇਸ਼ਨ ਲੈਵਲ ਜਦੋਂ ਤੱਕ ਉਸ ਤਰੀਕੇ ਦਾ ਨਹੀਂ ਹੋਏਗਾ ਉਦੋਂ ਤੱਕ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਹੋ ਸਕਦਾ ਬੱਚਾ ਗੀਤ ਸੁਣ ਕੇ ਭੜਕ ਗਿਆ ਹੋਵੇ ਪਰ ਜੇ ਤੁਸੀਂ ਬੱਚੇ ਦਾ ਐਜੂਕੇਸ਼ਨ ਲੈਵਲ ਇੰਨੇ ਸਨ ਤਾਂ ਉਹ ਗੀਤ ਨੂੰ ਗੀਤ ਸਮਝੇਗਾ ਉਹ ਆਪਣੇ ਆਪ ਨੂੰ ਉਸ ਕੈਰੈਕਟਰ 'ਚ ਨਹੀਂ ਤੁਹਾਡੀ ਇਹ ਸਟੇਟਮੈਂਟ ਆ ਵੀ ਕਲਾਕਾਰ ਦੇ ਜਿਹੜੇ ਇਸ ਤਰ੍ਹਾਂ ਦੇ ਗੀਤ ਆ ਉਹ ਮੁੰਡਿਆਂ ਨੂੰ ਖਰਾਬ ਨਹੀਂ ਕਰਦੇ ਮੇਰੇ ਹਿਸਾਬ ਨਾਲ ਨਹੀਂ ਜੇ ਉਸ ਬੰਦੇ ਦਾ ਐਜੂਕੇਸ਼ਨ ਲੈਵਲ ਇੰਨਾ ਹੋਵੇ ਕਿ ਸੰਗੀਤ ਇਹ ਤਾਂ ਸੰਗੀਤ ਦੇ ਵਿੱਚ ਇੱਕ ਪ੍ਰੋਯੋਗ ਸ਼ਬਦ ਨੇ ਦੈਟਸ ਇਟ ਵੀ ਇਹਨੂੰ ਸੁਣੋ ਇੰਜੋਏ ਕਰੋ ਦੈਟ ਇਹ ਇਸ ਤੋਂ ਵੱਧ ਕੁਛ ਨਹੀਂ ਹੈਗਾ ਫੇਰ ਨਹੀਂ ਪਰ ਉਹਦੇ ਲਈ ਆਪਾਂ ਨੂੰ ਬੱਚਿਆਂ ਨੂੰ ਜਿਹੜਾ ਉਹਦਾ ਉਹਨਾਂ ਦਾ ਸਟੱਡੀ ਲੈਵਲ ਥੋੜ੍ਹਾ ਵੱਡਾ ਕਰਨਾ ਪਏਗਾ ਤੁਹਾਡੇ ਮਾਈਂਡ ਦੇ ਵਿੱਚ ਕੀ ਹੁੰਦਾ ਜਦੋਂ ਨਵੇਂ ਗੀਤ ਦੀ ਸਿਲੈਕਸ਼ਨ ਕਰਨੀ ਹੁੰਦੀ ਕਿਉਂਕਿ ਅੱਗੇ ਤਾਂ ਟੇਪ ਹੁੰਦੀ ਸੀ ਹਰ ਤਰ੍ਹਾਂ ਦਾ ਟੇਸਟ ਪਾ ਦਿੰਦੇ ਸੀ ਹਨਾ ਹੁਣ ਜਦੋਂ ਇੱਕ ਗੀਤ ਕਰਨਾ ਤਾਂ ਕਿਸ ਤਰ੍ਹਾਂ ਦਾ ਗੀਤ ਆ ਜਿਹਨੂੰ ਤੁਸੀਂ ਪਹਿਲ ਦੇ ਆਧਾਰ ਤੇ ਕਰਦੇ ਵੀ ਆਹ ਗੀਤ ਆ ਜਿਹੜਾ ਇਹ ਗੀਤੇ ਜੈਲਦਾਰ ਦੀ ਆਵਾਜ਼ ਦੇ ਸੂਟ ਕਰੂਗਾ ਉਹਦੇ ਦਰਸ਼ਕਾਂ ਨੂੰ ਚੰਗਾ ਲੱਗੂਗਾ ਉਹਦਾ ਮਾਈਂਡ ਦੇ ਵਿੱਚ ਕੀ ਹੁੰਦਾ ਦੇਖੋ ਜੀ ਮੇਰੀ ਤਾਂ ਅੱਜ ਵੀ ਥਿਊਰੀ ਕਈ ਵਾਰੀ ਮੈਂ ਵੀ ਬਹੁਤ ਸਾਰੇ ਕਈ ਹਥਿਆਰਾਂ ਦੇ ਗਾਣੇ ਮੈਂ ਵੀ ਗਾਏ ਨੇ ਬਟ ਮੇਰੀ ਜਦੋਂ ਮਾਹੌਲ ਦੇ ਹਿਸਾਬ ਨਾਲ ਗਾਣੇ ਤੁਹਾਨੂੰ ਆਪਣਾ ਮੈਟਰ ਚੇਂਜ ਕਰਨਾ ਪੈਣਾ ਨਵੀਂ ਯੰਗ ਪੀੜ੍ਹੀ ਦੇ ਨਾਲ ਚੱਲਣ ਲਈ ਬਟ ਮੇਰੀ ਕੋਸ਼ਿਸ਼ ਹਮੇਸ਼ਾ ਅੱਜ ਵੀ ਇਹੀ ਹੁੰਦੀ ਵੀ ਜਿਹੜਾ ਗੀਤ ਹੈ
ਉਹ ਕੋਈ ਨਾ ਕੋਈ ਪਿਆਰ ਦਾ ਮੈਸੇਜ ਦੇ ਕੇ ਜਾਵੇ। ਉਹ ਜ਼ਿਆਦਾਤਰ ਮੇਰੀ ਕੋਸ਼ਿਸ਼ ਹੁੰਦੀ ਵੀ ਜਿਹੜੇ ਲਵ ਸੌਂਗ ਜ਼ਿਆਦਾ ਗਾਏ ਜਾਣ, ਉਹਦੇ ਵਿੱਚ ਇਹ ਆ ਕਿ ਉਹਦੇ ਵਿੱਚ ਤੁਹਾਡਾ ਤੁਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ, ਤੁਸੀਂ ਦੋ ਕੈਰੈਕਟਰਾਂ ਦੇ ਪਿਆਰ ਨੂੰ ਬਿਆਨ ਕਰ ਰਹੇ ਹਾਂ। ਉਹ ਗੀਤ ਹਸਬੈਂਡ ਵਾਈਫ ਲਈ ਵੀ ਹੋ ਸਕਦਾ, ਉਹ ਗਰਲਫ੍ਰੈਂਡ ਬੋਏਫ੍ਰੈਂਡ ਹੈ ਨਾ, ਉਹਦੇ 'ਤੇ ਤੁਸੀਂ ਨੱਚਦੇ ਵੀ ਵਾਧੋ ਡੀਜੇ 'ਤੇ ਵੀ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਲੋਕਾਂ ਦੇ ਆਪਸ ਵਿੱਚ ਗੱਲਾਂ ਉਹਨਾਂ ਨੂੰ ਇੱਕ ਦੂਜੇ ਨੂੰ ਸੁਣਨ ਵਾਲੀਆਂ ਹੋਣ ਅਤੇ ਉਹ ਨੱਚਣ। ਇਹ ਅੱਜ ਵੀ ਮੈਂ ਟਰਾਈ ਕਰਦਾ, ਪਰ ਸਮ ਟਾਈਮ ਉਹ ਗੱਲਾਂ ਕਈ ਵਾਰ ਲੋਕਾਂ ਨਹੀਂ ਚੰਗੀਆਂ ਲੱਗਦੀਆਂ, ਫਿਰ ਵਿੱਚ ਸਾਨੂੰ ਵੀ ਨਵੀਂ ਪੀੜ੍ਹੀ ਦੇ ਹਿਸਾਬ ਨਾਲ ਚੱਲਣਾ ਪੈਂਦਾ। ਤਾਂ ਫਿਰ ਸੁਪ ਕਲਾਕਾਰਾਂ ਦੀ ਥੋੜ੍ਹੀ ਜਿਹੀ ਮਜਬੂਰੀ ਬਣ ਜਾਂਦੀ ਹੈ ਉੱਦਾਂ ਦੇਖੀ। ਮਜਬੂਰੀ ਦੇਖੋ ਜੀ, ਬਿਜ਼ਨਸ ਹੈ, ਹੁਣ ਇੱਕ ਬੰਦੇ ਨੇ ਹੋਟਲ ਖੋਲਿਆ, ਨਾਲ ਵਾਲਾ ਹੋਟਲ ਵਾਲਾ ਜੇ ਸੇਲ ਲਾ ਕੇ ਬੈਠੂਗਾ ਤਾਂ ਜਿਹੜਾ ਦੂਜੇ ਹੋਟਲ ਨੇ ਜਿਹਨੇ 10 ਮਿਲੀਅਨ ਦਾ ਬਣਾਇਆ ਉਹਨੂੰ ਲਾਉਣੀ ਪਏਗੀ ਨਾ। ਸੋ ਬਿਜ਼ਨਸ ਇਹਨੂੰ ਵੀ ਜੇ ਲੋਕ ਆਮ ਲੋਕ ਜਿਹਨੂੰ ਇੱਦਾਂ ਸਮਝਣ ਕਿ ਯਾਰ ਇਹ ਬਿਜ਼ਨਸ ਹੈ ਇਹਨਾਂ ਦਾ, ਇਹ ਆਪਣੇ ਬਿਜ਼ਨਸ ਨੂੰ ਮੇਨਟੇਨ ਕਰਨ ਲਈ ਇਹ ਚੀਜ਼ਾਂ ਕਰ ਰਹੇ ਨੇ, ਕਰਨੀਆਂ ਪੈਂਦੀਆਂ, ਹਰੇਕ ਬਿਜ਼ਨਸ ਦੀ ਇਹ ਦਸਤੂਰ ਹੈ। ਸੋ ਕਿਤੇ ਬਾਈ ਗੱਲਾਂ ਦੇ ਨਾਲ ਨਾਲ ਆਪਾਂ ਨਾ ਹੁਣ ਥੋੜ੍ਹਾ ਜਿਹਾ ਮਾਹੌਲ ਆ ਜਿਹੜਾ ਗਾਇਕੀ ਵਾਲਾ ਬਣਾਈਏ, ਅਤੇ ਤੁਹਾਡਾ ਗੀਤ ਜਿਹਦੀ ਮੈਂ ਸਟਾਰਟਿੰਗ ਤੋਂ ਗੱਲ ਕਰ ਰਿਹਾ, ਸਿਟੀ ਮਾਰ ਕੇ ਬੁਲਾਉਣਾ ਹਟ ਜਾਂ, ਉਹਦੀਆਂ 2 ਲਾਈਨਾਂ ਗੁਣਗੁਣਾ ਕੇ ਜ਼ਰੂਰ ਹੋ ਜਾਣ, ਕਿਉਂਕਿ ਹਰੇਕ ਕਲਾਕਾਰ ਦੇ ਨਾਲ ਨਾ ਇੱਕ ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਇੱਕ ਮੀਲ ਪੱਥਰ ਹੁੰਦਾ ਉਹਦੇ ਕੈਰੀਅਰ ਦੇ ਵਿੱਚ। ਜੀ ਬਿਲਕੁਲ, ਜੇ ਬਿੰਦਰਖੀ ਉਹਨਾਂ ਦਾ ਕੈਰੀਅਰ ਵੇਖੀ ਤਾਂ ਯਾਰ ਬੋਲਦਾ ਹੈ, ਤਾਂ ਇਸੇ ਤਰ੍ਹਾਂ ਹਰ ਕਲਾਕਾਰ ਚੀਮੇ ਉਹਨਾਂ ਦਾ ਰੰਗਲਾ ਪੰਜਾਬ ਹੈ ਹਨਾ, ਅਤੇ ਤੁਹਾਡਾ ਮੀਲ ਪੱਥਰ ਹੈ ਸਿਟੀ ਮਾਰ ਕੇ ਬੁਲਾਉਣਾ, ਉਹਦੀਆਂ 2 ਲਾਈਨਾਂ ਹੋ ਜਾਓ ਜੀ। ਸਪੈਸ਼ਲੀ ਮੇਰਾ ਅਮਰੀਕਾ ਦੇ ਲੋਕਾਂ ਲਈ, ਅਮਰੀਕਾ ਖੜੇ ਆ ਜੀ, ਇਹ ਪਿਛਲੇ ਪਾਸੇ ਮੈਨਹਟਨ ਦੇਖਦਾ, ਇਹ ਨਿਊਯਾਰਕ ਆ, ਨਿਊਯਾਰਕ, ਅੱਛਾ ਮੈਨਹਟਨ ਕਿਹੜਾ, ਮੈਨਹਟਨ ਮੈਨਹਟਨ ਨਿਊਯਾਰਕ ਦਾ ਹੀ ਪਾਰਟ ਹੈ। ਹਾਂਜੀ ਠੀਕ ਹੈ, ਸੋ ਆ ਜਾਓ ਫਿਰ, ਸੀਟੀ ਮਾਰ ਕੇ ਬਲਾਉਣੋ ਹਟ ਜਾ, ਆਵੇ ਮੈਨੂੰ ਰੋਜ਼ ਦੱਸ ਤਾਉਣੋ ਹਟ ਜਾ, ਨੀ ਤੂੰ ਵੀ ਮੰਗਾ ਛਣ ਕੋਣੋ ਹਟ ਜਾ, ਸਾਡੀ ਗਲੀ ਗੇੜੇ ਲਾਉਣੋ ਹਟ ਜਾ, ਨੀ ਤੂੰ ਵੀ ਗੰਗਾ ਛਣ ਕੋਣੋ ਹਟ ਜਾ, ਨੀ ਸਾਡੀ ਗਲੀ ਗੇੜੇ ਲਾਉਣੋ ਹਟ ਜਾ। ਕਿਆ ਬਾਤ ਹੈ ਬਾਈ, ਜੈਲਦਾਰ ਨਾਂ ਨਾ ਹੋਰ ਵੀ ਕਈਆਂ ਨੇ ਰੱਖਿਆ ਉਦੋਂ ਬਾਅਦ ਹਨਾ, ਪਰ ਕਹਿਦਾ ਚੱਲਿਆ ਨੀ, ਕੀ ਚੱਕਰ ਆ ਵੀ ਇੱਕ ਗੀਤਾ ਜੈਲਦਾਰ ਜਿਹੜਾ ਨਾਮ ਆ, ਜੈਲਦਾਰ ਤਖੱਲਸ ਬਹੁਤ ਜਾਣੇ ਨੇ ਲਾਇਆ, ਬਹੁਤ ਆਰਟਿਸਟਾਂ ਦੇ ਨਾਮ ਲਾਇਆ। ਚਲੋ ਜਦੋਂ ਲੱਗਿਆ ਨਾਮ ਮੈਨੂੰ ਵੀ ਖੁਸ਼ੀ ਹੋਈ ਵੀ ਚਲੋ ਯਾਰ, ਜੈਲਦਾਰ ਬੜੇ ਪੁਰਾਣੇ ਟਾਈਮ 'ਚ ਜਿਹੜੇ ਸੀ ਉਹ ਉਹਨਾਂ ਦਾ ਬੜਾ ਨਾਮ ਹੁੰਦਾ ਸੀ ਇਲਾਕਿਆਂ ਦੇ ਵਿੱਚ। ਸਾਡੀ ਫੈਮਿਲੀ 'ਚ ਤਾਂ ਨਹੀਂ ਕੋਈ ਜੈਲਦਾਰ ਸੀ, ਬਟ ਇਟਸ ਜਸਟ ਮੈਂ ਤਖੱਲਸ ਦੇ ਲਈ ਮੈਨੂੰ ਚੰਗਾ ਲੱਗਾ ਵੀ ਯਾਰ ਇਹ ਇੱਕ ਯੂਨੀਕ ਜਿਹੀ ਚੀਜ਼ ਹੈ, ਲੋਕਾਂ ਨੂੰ ਜਲਦੀ ਪਤਾ ਲੱਗੇਗੀ ਹੈ ਨਾ। ਸੋ ਉਸ ਤੋਂ ਬਾਅਦ ਬਹੁਤ ਸਾਰੇ ਮੁੰਡਿਆਂ ਨੇ ਨਾਮ ਜੈਲਦਾਰ ਲਾ ਕੇ ਆਪਣੇ ਜਿਹੜੇ ਉਹ ਕੀਤੇ, ਮੈਨੂੰ ਵੀ ਮਾਣ ਮਹਿਸੂਸ ਹੁੰਦਾ ਵੀ ਯਾਰ ਯਾਰ ਜਿਹੜੀ ਚੀਜ਼ ਅਸੀਂ ਸ਼ੁਰੂ ਕੀਤੀ ਹੈ ਲੋਕ ਉਹਨੂੰ ਫੋਲੋ ਕਰਨ ਲੱਗ ਪਏ ਹੈ ਨਾ। ਸੋ ਬਟ ਪਰਮਾਤਮਾ ਨੇ ਜਿਹਨੇ ਜਿਹਦੇ ਹਿੱਸੇ ਜਿਹੜੀਆਂ ਚੀਜ਼ਾਂ ਦਿੱਤੀਆਂ ਹੁੰਦੀਆਂ, ਬਖਸ਼ੀਆਂ ਹੁੰਦੀਆਂ, ਉਹ ਸਾਰੀਆਂ ਉਹਦੀ ਝੋਲੀ ਪੈਣੀਆਂ ਹੁੰਦੀਆਂ। ਸੋ ਮੈਨੂੰ ਉਸੇ ਤਰ੍ਹਾਂ ਮੇਰੇ ਇਸ ਕੈਰੀਅਰ ਨੂੰ ਇਸ ਨਾਮ ਦੇ ਨਾਲ ਕੈਰੀ ਔਨ ਵੱਡੇ ਲੈਵਲ ਤੇ ਰੱਖਿਆ ਰੱਬ ਨੇ। ਤੇ ਬਾਈ ਕਲਾਕਾਰਾਂ ਦੇ ਲਈ ਨਾ ਇੱਕ ਹੋਰ ਵੱਡਾ ਦਰਵਾਜ਼ਾ ਹੁਣ ਫਿਲਮਾਂ ਵਾਲਾ ਹਨਾ। ਹਾਂਜੀ, ਤੇ ਤੁਸੀਂ ਵੀ ਉਹ ਪੰਗਾ ਲਿਆ ਸੀਗਾ, ਮੈਂ ਪੰਗਾ ਹੀ ਕਹੂੰਗਾ ਕਿਉਂਕਿ 3 ਫਿਲਮਾਂ ਤੋਂ ਬਾਅਦ ਤੁਸੀਂ ਦੁਬਾਰਾ ਨਹੀਂ ਉਸ ਪਾਸੇ ਗਏ ਹਨਾ, ਕਿੱਦਾਂ ਦਾ ਐਕਸਪੀਰੀਅੰਸ ਰਿਹਾ ਫਿਲਮਾਂ ਦਾ? ਮੇਰਾ ਦੇਖੋ ਜੀ, ਫਿਲਮਾਂ ਦਾ ਐਕਸਪੀਰੀਅੰਸ ਤਾਂ ਬੜਾ ਵਧੀਆ ਸੀ, ਫਿਲਮਾਂ ਮੈਂ 3 ਕੀਤੀਆਂ ਤੇ ਉਹਦੇ ਵਿੱਚ 2 ਫਿਲਮਾਂ ਬਹੁਤ ਸੋਹਣੀਆਂ ਗਈਆਂ ਤੇ 3 ਫਿਲਮ ਸਾਡੀ ਜਿਹੜੀ ਉਹ ਬਹੁਤ ਹੀ ਜ਼ਿਆਦਾ ਉਹਦਾ ਅੱਛਾ ਰਿਸਪੌਂਸ ਨਹੀਂ, ਪਰ ਮੈਨੂੰ ਐਂ ਸੀ ਕਿ ਮੈਂ ਮੇਰਾ ਪਿੱਛੇ ਹਟਣ ਦਾ ਕਾਰਨ ਇੱਕ ਸੀ, ਇੱਕ ਤਾਂ ਮੈਂ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦਾ। ਕਿਵੇਂ ਬਈ ਯਾਰ, ਪੈਸੇ ਨਹੀਂ ਮੈਂ ਲੋਕਾਂ ਦੇ ਕਦੀ ਕਹਿ ਸਕਦਾ ਵੀ ਯਾਰ ਪੈਸੇ ਲਾ ਦਿਓ ਫਿਲਮਾਂ 'ਚ, ਇਹ ਕਰੋ ਵੋ ਕਰੋ ਤੁਹਾਡੇ ਇੰਨੇ ਬਣ ਜਾਣਗੇ, ਇਹ ਗੱਲਾਂ ਸ਼ਾਇਦ ਆਪਾਂ ਬਿਹਾਇੰਡ ਦਾ ਸੀਨ ਵੀ ਪਹਿਲਾਂ ਕਰਦੇ ਹਟੇ ਹਾਂ। ਮੈਨੂੰ ਤਾਂ ਆਪਣੇ ਪੈਸੇ ਬਣਾਉਣ ਲਈ ਕਿਸੇ ਦੇ ਪੈਸੇ ਨਹੀਂ ਖਰਾਬ ਕਰਨੇ ਚਾਹੀਦੇ, ਕਿਉਂਕਿ ਜਦੋਂ ਤੁਹਾਨੂੰ ਕੁਦਰਤ ਵੱਲੋਂ ਪਰਮਾਤਮਾ ਵੱਲੋਂ ਵੈਸੇ ਹੀ ਪੈਸੇ ਬਣ ਰਹੇ ਨੇ, ਮੇਰੇ ਸ਼ੋਅ ਬਹੁਤ ਲੱਗਦੇ ਆ, ਹੁਣ ਵੀ ਪਹਿਲਾਂ ਵੀ ਬਹੁਤ ਲੱਗਦੇ ਸੀ, ਤੇ ਜਿੰਨੇ ਸਾਨੂੰ ਰੋਜ਼ੀ ਰੋਟੀ ਖਾਣ ਲਈ ਚਾਹੀਦੇ ਆ, ਆਈ ਥਿੰਕ ਉਹਦੇ ਤੋਂ ਵੱਧ ਹੀ ਬਣਦੇ ਆ। ਸੋ ਇਸ ਕਰਕੇ ਮੈਂ ਫਿਲਮਾਂ ਤੋਂ ਪਿੱਛੇ ਹਟ ਗਿਆ, ਕਿਉਂਕਿ ਮੇਰਾ ਸ਼ੋਆਂ ਦਾ ਨੁਕਸਾਨ ਬਹੁਤ ਹੋ ਰਿਹਾ, ਕਿਉਂਕਿ ਮਾਰਚ ਤੱਕ ਅਸੀਂ ਇੰਡੀਆ ਵਿਆਹਾਂ ਦੇ ਪ੍ਰੋਗਰਾਮ ਕਰਦੇ ਹਾਂ, ਉਸ ਤੋਂ ਬਾਅਦ ਕੋਈ ਇੱਕ ਅੱਧੀ ਫਿਲਮ ਆ ਜਾਣੀ ਤਾਂ ਅਸੀਂ 3 ਸਾਲ ਇਸ ਚੱਕਰ 'ਚ ਫਸੇ ਰਹੇ। ਫਿਲਮ ਆ ਜਾਣੀ 2 ਮਹੀਨੇ ਉੱਥੇ ਬੈਠੇ ਰਹਿਣਾ ਵੀ ਫਿਲਮ ਖਤਮ ਕਰਾਂਗੇ ਯਾਰ ਫਿਰ ਜਾਵਾਂਗੇ, ਉਹ ਤਾਂ 2 ਮਹੀਨੇ ਸ਼ੋਅ ਨਹੀਂ ਫੜਨੇ, ਉਹ ਨੁਕਸਾਨ ਬਹੁਤ ਜ਼ਿਆਦਾ ਹੁੰਦਾ। ਮੈਨੂੰ ਸੀ ਵੀ ਜਿਹੜੇ ਕੰਮ ਲਈ ਅਸੀਂ ਬਣੇ ਸੀ ਉਹ ਸਾਡਾ ਚੱਲਦਾ, ਉਹਨੂੰ ਚਲਾਈ ਚਲੋ ਫਿਲਮਾਂ ਛੱਡੋ ਪਰੇ, ਤਾਂ ਕਰਕੇ ਫਿਲਮਾਂ ਤੇ ਨਾਲ ਹੀ ਦੱਸੋ। ਜਿਵੇਂ ਹੁਣ ਕੈਨੇਡਾ ਤੁਸੀਂ ਰਹਿੰਦੇ ਹੋ, ਵਿੱਚ ਆਸਟ੍ਰੇਲੀਆ ਜਾਣਾ ਹਨਾ, ਤੁਹਾਡਾ ਇੱਕ ਸਰਕਲ ਆ ਪੰਜਾਬ ਦਾ, ਹਰੇਕ ਏਰੀਏ ਦੇ ਕਲਾਕਾਰਾਂ ਦਾ ਸਰਕਲ ਹੁੰਦਾ, ਜਿਵੇਂ ਤੁਹਾਡੇ ਫਗਵਾੜਾ ਤੇ ਜਲੰਧਰ ਵਾਲੀ ਸਾਈਡ ਆ, ਚੀਮਾ ਭਾਜੀ ਆ, ਮਨਮੋਹਨ ਵਾਰਸ ਹੋਣੀ ਆ, ਕਮਲ ਹੀਰ ਹੋਣੀ ਹਨਾ, ਜੱਸੀ ਸੋਲ ਆ, ਨਛੱਤਰ ਬਾਈ, ਦੇਵੀ ਭਾਜੀ, ਉਹ ਸਰਕਲ ਨੂੰ ਫਿਰ ਕੈਨੇਡਾ ਦੇ ਵਿੱਚ ਬੈਠ ਕੇ ਕਿੰਨਾ ਕੁ ਮਿਸ ਕਰਦੇ ਹੋ? ਦੇਖੋ ਜੀ, ਜਿਹੜੇ ਭਾਈ ਭਰਾ ਹੁੰਦੇ ਨੇ ਉਹਨਾਂ ਨੂੰ ਬੰਦਾ ਜਨਾ, ਖਾਸ ਕਰਕੇ ਸੂਰਾਪੁਰੀ ਭਾਈ, ਹਾਂ ਬਿਲਕੁਲ, ਸੂਰਾਪੁਰੀ ਜੈਲੀ ਭਾਜੀ ਸਾਰੇ, ਨਛੱਤਰ ਭਾਜੀ ਅਕਸਰ, ਪਰ ਹੁਣ ਇਹ ਇਦਾਂ ਹੋ ਗਿਆ ਨਾ ਵੀ ਜੇ ਮੈਂ ਵੈਨਕੂਵਰ ਜਾਂਦਾ
ਤੇ ਹਫ਼ਤੇ ਲਈ ਜਾਣਾ ਬੈਨਕੂ ਨਛੱਤਰ ਭਾਜੀ ਨਾਲ ਬੈਠ ਕੇ ਇੱਕ ਦਿਨ ਗੱਪ ਸ਼ੱਪ ਲੜਾਉਣੀ, ਇੱਕ ਅੱਧਾ ਦਿਨ ਮਨੋਹਰ ਭਾਜੀ ਹੋਣਾ ਕੋਈ ਚਾਹ ਪੀਣੀ, ਦੇਵੀ ਭਾਜੀ ਨੇ ਇੱਕ ਦਿਨ ਚਾਹ ਪੀਣੀ, ਅੱਧੇ ਇੱਥੇ ਮਿਲ ਜਾਂਦੇ ਹੋ, ਅੱਧੇ ਇੱਥੇ ਮਿਲੇ, ਅਮਰੀਕਾ ਜੇ ਅਮਰੀਕਾ ਕੋਈ ਉਹਨਾਂ ਸ਼ਹਿਰਾਂ ਜਿੱਥੇ ਗਏ ਉੱਥੇ ਕੋਈ ਆਟੇ ਉਹਨੂੰ ਜ਼ਰੂਰ ਮਿਲਣਾ। ਸੋ ਉਹ ਸਿਸਟਮ ਜਿਹਾ ਠੀਕ ਚੱਲੀ ਜਾਂਦਾ। ਜਦੋਂ ਇੰਡੀਆ ਵਾਲੇ ਆਉਂਦੇ ਨਹੀਂ ਸੀ ਹੁੰਦੇ ਹਰ ਤੋਂ 20-18 ਵਿੱਚ, ਉਦੋਂ ਬੰਦਾ ਮਿਸ ਕਰਦਾ ਵੀ ਯਾਰ ਭਾਈ ਭਰਾ ਉੱਥੇ ਰਹਿ ਗਿਆ, ਹੁਣ ਮੈਂ ਇੱਥੇ ਇਕੱਲਾ ਆ। ਤੇ ਫੈਮਿਲੀ ਕੋਲ ਦੇਖੋ ਓਬਵੀਅਸਲੀ ਬੰਦਾ ਆਪਣੀ ਫੈਮਿਲੀ ਨੂੰ ਬਹੁਤ ਜ਼ਿਆਦਾ ਮਿਸ ਕਰਦਾ, ਫੈਮਿਲੀ ਤੋਂ ਬਾਅਦ ਦੇ ਨਾਲ ਨਾਲ ਬੰਦਾ ਕਿਤੇ ਕਿਤੇ ਉਸ ਪੁਆਇੰਟ ਨੂੰ ਮਿਸ ਕਰਦਾ ਵੀ ਜਿਹੜੇ ਤੁਹਾਡੇ ਬਹੁਤ ਪੁਰਾਣੇ ਦੋਸਤ ਹੁੰਦੇ ਨੇ, ਬੰਦਾ ਕਹਿੰਦਾ ਇਹ ਵੀ ਸ਼ਾਮ ਨੂੰ ਇਕੱਠੇ ਹੋਣ ਤਾਂ ਕਦੀ ਕਦੀ ਮਿਲਣ, ਪਰ ਹੁਣ ਉਹ ਸਿਸਟਮ ਖਤਮ ਹੋ ਗਿਆ, ਹੁਣ ਤਾਂ ਸਾਰੇ ਬਾਹਰ ਕਰਦੇ ਨੇ, ਬਾਹਰ ਮਿਲ ਹੀ ਜਾਂਦੇ। ਇਹ ਵੀ ਇੱਕ ਤਰਾਸਦੀ ਮੈਨੂੰ ਲੱਗਦੀ, ਜੇ ਇਹਨੂੰ ਆਪਾਂ ਦੂਸਰੇ ਸਿੱਕੇ ਦਾ ਦੂਜਾ ਪਾਸਾ ਵੇਖੀਏ ਤਾਂ ਜਿਵੇਂ ਤੁਸੀਂ ਪਹਿਲਾਂ ਬਾਹਰ ਆਏ ਉਦੋਂ ਬਾਅਦ ਤੁਸੀਂ ਆਪਣੀ ਗਾਇਕੀ ਨੂੰ ਸ਼ੁਰੂ ਕੀਤਾ, ਹਰਭਜਨ ਮਾਨ ਹੋਣੀ ਪਹਿਲਾਂ ਆਏ ਗਾਇਕੀ ਬਾਅਦ ਚੋਂ, ਸਰਬਜੀਤ ਚੀਮਾ ਹੋਣੀ ਪਹਿਲਾਂ ਆਏ, ਮਨਮੋਹਨ ਵਾਰਸ ਹੋਣੀ ਪਹਿਲਾਂ ਆਏ, ਹਨਾ ਗਾਇਕੀ ਦੇ ਵਿੱਚ ਬਾਅਦ ਚੋਂ ਐਂਟ ਹੋਏ। ਪਰ ਅੱਜ ਦੇ ਸਮੇਂ ਦੇ ਵਿੱਚ ਦੇਖੀਏ ਬਹੁਤ ਸਾਰੇ ਜਿਹੜੇ ਕਲਾਕਾਰ ਆ ਉਹ ਹੁਣ ਆ ਰਹੇ ਨੇ ਕਿਉਂਕਿ ਉਹਨਾਂ ਨੂੰ ਪੰਜਾਬ ਦੇ ਵਿੱਚ ਫਿਊਚਰ ਨਹੀਂ ਦਿਖਦਾ ਆਪਣਾ। ਕਲੇਅਰ ਕੰਠ ਹੋਣੀ ਰੀਸੈਂਟਲੀ ਇੱਥੇ ਕੈਨੇਡਾ ਦੇ ਵਿੱਚ, ਬਹੁਤ ਆਰਟਿਸਟ, ਰੋਸ਼ਨ ਪ੍ਰਿੰਸ, ਸ਼ੈਰੀ ਮਾਨ, ਹਨਾ। ਹਾਂਜੀ, ਕੀ ਤੁਹਾਨੂੰ ਲੱਗਦਾ ਪੰਜਾਬ ਦੇ ਵਿੱਚ ਕਲਾਕਾਰਾਂ ਦਾ ਫਿਊਚਰ ਕਿਉਂ ਨਹੀਂ ਸਿਕਿਓਰ ਲੱਗਦਾ, ਨਾਲੇ ਹੁਣ ਤਾਂ ਮੁੱਖ ਮੰਤਰੀ ਤੁਹਾਡਾ ਆਪਦਾ ਕਲਾਕਾਰ ਆ? ਦੇਖੋ ਜੀ, ਜਿਹੜੀਆਂ ਸਰਕਾਰ ਹੁੰਦੀ ਹੈ ਨਾ ਜੀ, ਉਹ ਉਹਨੂੰ ਸਰਕਾਰ ਦੇ ਹਿਸਾਬ ਨਾਲ ਕੰਮ ਕਰਨਾ ਪੈਂਦਾ। ਇਹਦਾ ਇਹ ਨਹੀਂ ਕਿ ਜੇ ਭਗਵੰਤ ਮਾਨ ਸਾਡੇ ਆਰਟਿਸਟ ਦੂਜ ਕੈਟਾਗਰੀ 'ਚ ਦੇ ਬੰਦੇ ਨੇ, ਬਟ ਉਹਨਾਂ ਨੂੰ ਸਾਰੇ ਪੰਜਾਬ ਬਾਰੇ ਹੀ ਸੋਚਣਾ ਪੈਣਾ, ਸਾਰੇ ਪੰਜਾਬ ਦੇ ਲੋਕਾਂ ਦਾ। ਪਰ ਜੇ ਇਕੱਲਾ ਕਲਾਕਾਰਾਂ ਬਾਰੇ ਸੋਚਣਾ, ਪਹਿਲਾਂ ਗੁਆਂਢੀ ਬਾਰੇ ਤਾਂ ਸੋਚੇ, ਆਪਦੇ ਬਾਰੇ ਤਾਂ ਸੋਚੇ। ਨਹੀਂ, ਸਭ ਤੋਂ ਵੱਧ ਮੈਨੂੰ ਲੱਗਦਾ ਤੰਗ ਹੀ ਕਲਾਕਾਰ ਆ ਜਦੋਂ ਤਾਂ ਤੁਹਾਡਾ ਕਲਾਕਾਰ ਆ। ਚਲੋ ਕੋਈ ਨਹੀਂ, ਕਲਾ ਜਿਹੜੇ ਜਿਹੜੇ ਤੰਗ ਹੋਣਗੇ ਉਹਨੂੰ ਕੋਈ ਕੰਪਲੇਂਟ ਲਿਖਾਓ ਵੀ ਆਪਾਂ ਜਾ ਕੇ ਕੱਟਿਓਗੇ, ਚਿੱਠੀ ਦਿੰਦੇ ਭਾਜੀ ਇੱਦਾਂ ਨਾ ਕਰੋ। ਬਟ ਜਿਹੜੇ ਆਪਾਂ ਗੱਲ ਕਰ ਰਹੇ ਸੀ ਵੀ ਕਲਾਕਾਰ ਬਾਹਰ ਆ, ਕੋਈ ਉਹਨਾਂ ਨੂੰ ਐਂ ਚਾਹੀਦਾ ਕੋਈ ਇਦਾਂ ਦਾ? ਮੈਨੂੰ ਐਂ ਲੱਗਦਾ ਕਿ ਜਿਹੜਾ ਆਰਟਿਸਟ, ਜਿਹੜੇ ਆਰਟਿਸਟ ਤਕਰੀਬਨ ਆਏ ਨੇ ਬਾਹਰ, ਉਹਨਾਂ ਨੇ ਕਿਸੇ ਨਾ ਕਿਸੇ ਟਾਈਮ ਤੇ ਵਧੀਆ ਆਪਣਾ ਰੋਜ਼ੀ ਰੋਟੀ ਲਈ ਪੈਸੇ ਵੀ ਬਣਾਏ ਨੇ, ਵਧੀਆ ਸੈਟਲਡ ਨੇ, ਉਹਨਾਂ ਕਈਆਂ ਦੇ ਤਾਂ ਹਲੇ ਵੀ ਸ਼ੋਅ ਵਧੀਆ ਚੱਲਦੇ ਆ। ਮੈਨੂੰ ਐਂ ਲੱਗਦਾ ਕਿ ਉਹ ਉਹਨਾਂ ਦੇ ਆਉਣ ਦਾ ਕਾਰਨ ਹੈ ਕਿ ਉਹ ਆਪਣੇ ਬੱਚਿਆਂ ਦਾ ਫਿਊਚਰ ਸ਼ਾਇਦ ਉੱਥੇ ਨਾ ਠੀਕ ਸਮਝਦੇ ਹੋਣ ਵੀ ਚਲੋ ਯਾਰ ਆਉਣ ਵਾਲੇ ਟਾਈਮ 'ਚ ਐਟਲੀਸਟ ਬੱਚਿਆਂ ਵਾਸਤੇ ਬਾਹਰ ਚੱਲਦੇ ਆ। ਪਰ ਫਿਰ ਵੀ ਕਲਾਕਾਰਾਂ ਕੋਲ ਵੀ ਕੁਛ ਨਹੀਂ ਹੈਗਾ, ਜੇ ਆਪਾਂ ਦੇਖੀਏ ਅਖੀਰਲੀ ਉਮਰ ਦੇ ਵਿੱਚ ਜਾ ਕੇ ਇਤੂ ਸ਼ਰੀਫ ਹੋਣੀ ਆ, ਸਤੀਸ਼ ਕੌਲ ਹੋਣੀ ਆ, ਕੋਈ ਇਸ ਤਰ੍ਹਾਂ ਸਰਕਾਰੀ ਦਰਬਾਰੇ ਕੋਈ ਮਹਿਕਮਾ ਹੀ ਨਹੀਂ ਬਣਿਆ ਜਿਹੜਾ ਕਲਾਕਾਰ ਦੀ ਅਖੀਰਲੀ ਉਮਰ ਤੇ ਜਾ ਕੇ ਬਾਂਹ ਫੜ ਸਕੇ। ਕੀ ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ ਹੁਣ ਭਗਵੰਤ ਮਾਨ ਹੋਣਾ ਕੋਲ ਸਾਰਿਆਂ ਨੂੰ ਤੁਹਾਨੂੰ ਰਲ ਕੇ ਜਾ ਕੇ ਕੁਛ ਕਰਨ ਦੀ ਲੋੜ ਆ ਵੀ ਕਲਾਕਾਰ ਨੂੰ ਕੁਛ ਨਾ ਕੁਛ, ਕਿਉਂਕਿ ਕਲਾਕਾਰ ਬਹੁਤ ਟੈਕਸ ਭਰਦੇ ਆ? ਜਿਵੇਂ ਸਿੱਧੂ ਮੂਸੇਵਾਲੇ ਦੀ ਗੱਲ ਕਰੀਏ, 2 ਕਰੋੜ ਉਹ ਕਹਿੰਦਾ ਵੀ ਮੈਂ ਟੈਕਸ ਤਾਂ ਦਿੰਦਾ ਸੀ ਗਵਰਨਮੈਂਟ ਨੂੰ, ਤੇ ਮਿਲਦਾ ਕੀ ਕਲਾਕਾਰ ਨੂੰ? ਮੈਂ ਪਰ ਇਹੀ ਮੈਂ ਤੁਹਾਡੇ ਨਾਲ ਭਾਜੀ ਇੱਥੇ ਇੱਦਾਂ ਨਾ ਜਿਹੜਾ ਨਾ ਇਸ ਕੈਟਾਗਰੀ ਲਈ ਕਿਸੇ ਵੀ ਵਰਲਡ ਦੇ ਮੁਲਕ 'ਚ ਕੋਈ ਮਹਿਕਮਾ ਨਹੀਂ ਹੈਗਾ, ਕੋਈ ਵੀ ਉਹਨਾਂ ਨੂੰ ਐਂਡ 'ਤੇ ਕੋਈ ਸਪੋਰਟ ਨਹੀਂ ਹੁੰਦੀ। ਹਾਂ, ਕਿਉਂਕਿ ਰੀਜ਼ਨ ਇਹ ਹੈ ਵੀ ਉਹ ਚਾਹੇ ਤੁਸੀਂ ਹਾਲੀਵੁੱਡ ਚਲੇ ਜਾਓ ਚਾਹੇ ਬੋਲ, ਉਹ ਤਾਂ ਇੱਕ ਜਸਟ ਤੁਹਾਡੀ ਸਿਆਣਪ ਹੈ ਵੀ ਜਿਹੜਾ ਤੁਸੀਂ ਆਪਣੇ ਪੀਕ ਟਾਈਮ 'ਚ ਜੋ ਅਰਨ ਕਰ ਰਹੇ ਹੋ, ਜੇ ਤੁਸੀਂ ਉਹਦੇ 'ਚੋਂ 50-70% ਸੇਵ ਨਹੀਂ ਕਰ ਰਹੇ, ਦੈਟ ਮੀਨਸ ਤੁਸੀਂ ਆਪ ਗਲਤੀਆਂ ਕਰ ਰਹੇ ਹੋ। ਮੇਰੀ ਸੋਚ ਹੈ ਕਿਉਂਕਿ ਤੁਹਾਨੂੰ ਆਪਣੀ ਸੇਫਟੀ ਲਈ ਜਦੋਂ ਤੁਹਾਨੂੰ ਇੰਨੀ ਕਮਾਈ ਹੋ ਰਹੀ ਉਹਨੂੰ ਸੇਵ ਕਰਕੇ ਕਿਤੇ ਨਾ ਕਿਤੇ ਲਾਉਣਾ ਚਾਹੀਦਾ। ਹਾਂ, ਜਿਹੜੇ ਪੁਰਾਣੇ ਆਰਟਿਸਟ ਸੀ ਇਦੂ ਸ਼ਰੀਫ, ਉਹ ਸਾਡੇ ਬਹੁਤ ਸਤਿਕਾਰਯੋਗ ਵੀ ਨੇ, ਰਿਸਪੈਕਟ ਉਹਨਾਂ ਦਾ, ਉਹਨਾਂ ਨੂੰ ਐਜੂਕੇਸ਼ਨ ਨਹੀਂ ਸੀ ਯਾਰ ਕਿੱਦਾਂ ਪੈਸੇ ਆਪਾਂ ਸੇਵ ਕਰ ਸਕਦੇ ਹਾਂ, ਦੈਟ ਉਹਨਾਂ ਦੀ ਡਿਫਰੈਂਟ ਸਟੋਰੀ ਹੈ। ਬਟ ਜਿਹੜੇ ਨਵੇਂ ਆਰਟਿਸਟ ਬਹੁਤ ਸਾਰੇ ਨੇ, ਪੜ੍ਹੇ ਲਿਖੇ ਨੇ ਜੀ, ਉਹਨਾਂ ਨੇ ਪੈਸੇ ਨਹੀਂ ਸੇਵ ਕੀਤੇ, ਦੈਟ ਮੀਨਸ ਉੱਥੇ ਸਰਕਾਰ ਦਾ ਕੋਈ ਬਹੁਤਾ, ਮੈਂ ਦੁਆ ਨਹੀਂ ਸਮਝਦਾ ਕਿ ਸਰਕਾਰ ਦਾ ਕੋਈ ਬਹੁਤ ਵੱਡਾ ਕੋਈ ਰੋਲ ਹੈ ਜਾਂ ਸਰਕਾਰ ਉਹਨਾਂ ਨੂੰ ਪੈਨਸ਼ਨਾਂ ਲਗਾਵੇ, ਕਿਉਂਕਿ ਉਹ ਸਰਕਾਰੀ ਨੁਮਾਇੰਦੇ ਨਹੀਂ ਨਾ, ਇੱਕ ਪ੍ਰਾਈਵੇਟ ਪਾਰਟੀ ਹੈ, ਅਸੀਂ ਪ੍ਰਾਈਵੇਟ ਪਾਰਟੀਆਂ ਹੈ, ਪ੍ਰਾਈਵੇਟ ਬਿਜ਼ਨਸਮੈਨ। ਹੁਣ ਜੇ ਕੋਈ ਬੈਂਕਟ ਹਾਲ ਵਾਲਾ ਤਾਂ ਬੈਂਕਟ ਹਾਲ ਬੰਦ ਹੋਣ ਲੱਗ ਪਏ, ਉਹ ਜਾ ਕੇ ਸਰਕਾਰ ਦੇ ਜਾ ਕੇ ਭਾਜੀ ਸਾਡੇ ਮੇਰੀ ਪੈਨਸ਼ਨ ਲਾਓ ਨਾ, ਕਿਉਂਕਿ ਜਦੋਂ ਪ੍ਰਾਈਵੇਟ ਬੰਦਾ ਇੰਨੇ ਜ਼ਿਆਦਾ ਮਾਤਰਾ 'ਚ ਪੈਸੇ ਬਣਾਉਂਦਾ ਉਦੋਂ ਕਹਿੰਦਾ ਗਵਰਨਮੈਂਟ ਨੂੰ ਦਿੰਦਾ ਟੈਕਸ, ਜਿੰਨਾ ਕੁ ਕਲਾਕਾਰ ਦਿੰਦੇ ਨੇ ਉਹ ਮੈਨੂੰ ਪਤਾ ਹੀ ਹੈ, ਕਿਸੇ ਦੀਆਂ ਫਾਈਲਾਂ ਇੱਥੇ ਆ ਕੇ ਨਿਬੜਦੀ ਆ। ਤੇ ਨਾਲ ਦੀ ਨਾਲ ਇਹ ਦੱਸੋ ਵੀ ਤੁਹਾਨੂੰ ਲੱਗਦਾ ਵੀ ਕਲਾਕਾਰ ਨੂੰ ਕਲਾਕਾਰੀ ਦੇ ਨਾਲ ਨਾਲ ਕੋਈ ਨਾ ਕੋਈ ਹੋਰ ਬਿਜ਼ਨਸ ਜ਼ਰੂਰ ਕਰਨਾ ਚਾਹੀਦਾ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੇਫ ਹੋ ਸਕੇ? ਤੇ ਕਲਾਕਾਰ ਫਿਰ ਉਹ ਜਦੋਂ ਹਿੱਟ ਹੋ ਜਾਂਦੇ ਆ ਤਾਂ ਫਿਰ ਉਹ ਗੱਡੀਆਂ ਬਾਉਂਸਰ ਵਾਲਾ ਖਰਚਾ ਜਿਹੜਾ ਉਹ ਚੱਲਦਾ ਹੋਈ ਆ। ਕੁਛ ਚੀਜ਼ਾਂ ਤੁਹਾਡੇ ਲਈ ਇਸ ਕਰਕੇ ਹੁੰਦੀਆਂ ਕਿ ਤੁਹਾਡੀ ਸੇਫਟੀ ਵਾਸਤੇ ਆ, ਕੁਛ ਚੀਜ਼ਾਂ ਤੁਸੀਂ ਇਸ ਕਰਕੇ ਵਧਾ ਲੈਣੇ ਕਿ ਮੈਂ ਲੋਕਾਂ ਨੂੰ ਦਿਖਾ ਲੈਣਾ ਕਿ ਮੈਂ ਕੌਣ ਬਣ ਗਿਆ। ਜਦੋਂ ਬੰਦਾ ਲੋਕਾਂ ਨੂੰ ਕੁਛ ਦਿਖਾਲਣ 'ਤੇ ਆ ਜਾਏ ਫਿਰ ਲੋਕ ਕਿਸੇ ਨੂੰ ਨਹੀਂ ਬਖਸ਼ਦੇ, ਲੋਕ ਦੁਨੀਆਂ ਦੇ ਵੱਡੇ ਵੱਡੇ ਪ੍ਰਾਈਮ ਮਿਨਿਸਟਰਾਂ ਨੂੰ ਥੱਲੇ ਲਾ ਲੈਂਦੇ ਨੇ। ਆਰਟਿਸਟ ਇੱਕ ਕੈਟਾਗਰੀ ਹੈ, ਕੋਈ ਬਹੁਤ ਵੱਡੀ ਇਹ ਨਹੀਂ ਕਹਿ ਸਕਦੇ ਕਿ ਉਹਨੇ ਵਰਲਡ ਦਾ ਕੋਈ ਬਹੁਤ ਵੱਡਾ 30 ਮਾਰਖਾਂ ਬਣ ਗਿਆ। ਸੋ ਜਦੋਂ ਰੱਬ ਨੇ ਤੁਹਾਡੀ ਜੇ ਬਾਂਹ ਫੜੀ ਹੈ ਉਦੋਂ
ਮਿੱਠਤ ਨੀਵੀਂ ਨਾਨਕਾ ਕਹਿੰਦੇ ਗੁਣ ਚੰਗੀਆਂ ਹੀ ਆ ਦੱਤ ਨੀਵੇਂ ਹੋ ਕੇ ਆਪਣਾ ਕੰਮ ਕਰੀ ਚੱਲੋ ਜਿਹੜਾ ਕਮਾਉਂਦੇ ਆ ਉਹਨੂੰ ਉਨਾ ਕੇ ਖਰਚੋ ਵੀ ਤੁਹਾਡੇ ਆਉਣ ਵਾਲੇ ਜਿਹੜੇ 70 ਸਾਲ ਦੀ ਓਲਡ ਏਜ ਆ ਉਦੋਂ ਤੱਕ ਤੁਹਾਡੇ ਕੋਲ 4 ਪੈਸੇ ਆਪਣੇ ਖਾਣ ਲਈ ਹੋਣ ਬਿਲਕੁਲ ਨਾਲ ਹੀ ਤਾਂ ਇੱਕ ਗੱਲ ਕਰੀਏ ਆਪਾਂ ਕਿਸਾਨੀ ਅੰਦੋਲਨ ਦੇ ਵਿੱਚ ਕਲਾਕਾਰਾਂ ਨੇ ਜਿਹੜਾ ਰੋਲ ਨਿਭਾਇਆ ਹਨਾ ਬਹੁਤ ਵੱਡਾ ਰੋਲ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਕਲਾਕਾਰ ਜੇ ਆਉਂਦੇ ਆ ਕੋਈ ਅੱਗੇ ਆਉਂਦਾ ਹੈ ਤਾਂ ਉਹ ਇੱਕ ਸਾਰਥਕ ਰੋਲ ਨਿਭਾ ਸਕਦੇ ਨੇ ਆਪਣੀ ਇਸ ਕਲਾ ਦੇ ਰਾਹੀਂ ਆਪਾਂ ਦੇਖੀਏ ਕਮਰ ਗਰੇਵਾਲ ਰਹੇ ਹੀ ਉੱਥੇ ਆ ਹਨਾ ਰਾਜਵੀਰ ਜਵੰਦਾ ਪੰਜਾਬ ਚ ਜਦੋਂ ਵੀ ਕੋਈ ਪਿਛਲੇ 7-8 ਸਾਲ ਚ ਕੋਈ ਪ੍ਰੋਬਲਮ ਆਉਂਦੀ ਹੈ ਆਰਟਿਸਟ ਹਰੇਕ ਜਗ੍ਹਾ ਆਪਣਾ ਸਾਥ ਨਿਭਾਉਂਦੇ ਨੇ ਕਿਸਾਨੀ ਅੰਦੋਲਨ ਦਾ ਜਿਹੜਾ ਸਟਾਰਟਿੰਗ ਦਾ ਜਿਹੜਾ ਉਹਨੂੰ ਬੂਮ ਮਿਲਣ ਦਾ ਕਾਰਨ ਹੀ ਆਰਟਿਸਟ ਲਾਮਬੰਦ ਮੁੰਡਿਆਂ ਨੂੰ ਕਰਨ ਦੇ ਲਈ ਕਿਸਾਨੀ ਅੰਦੋਲਨ ਦੇ ਵਿੱਚ ਬਟ ਗੱਲ ਇੱਥੇ ਜਾ ਕੇ ਭਾਜੀ ਮੁੱਕਦੀ ਹੈ ਉਹ ਉਹਨਾਂ ਆਰਟਿਸਟਾਂ ਦੇ ਵਿੱਚ ਸਾਰੇ ਨੇ ਆ ਸਾਰੇ ਜਾ ਕੇ ਆਏ ਨੇ ਉਹਨਾਂ ਆਰਟਿਸਟਾਂ ਵਿੱਚੋਂ ਕਿਤੇ ਉਹ ਉਸ ਆਰਟਿਸਟ ਤੋਂ ਕੋਈ ਮਾੜੀ ਮੋਟੀ ਕਿਤੇ ਸ਼ਬਦ ਗਾ ਤੇ ਸਾਰਾ ਪੰਜਾਬ ਉਹਨਾਂ ਦੇ ਮੂੰਹ ਦੇ ਮਗਰ ਪੈ ਜਾਂਦਾ ਇਹ ਅਸੀਂ ਸ਼ਾਬਾਸ਼ੇ ਕਰਨ ਲੱਗੇ ਵੀ ਬਹੁਤ ਮਿੰਟ ਸਕਿੰਟ ਲਵਾਉਂਦੇ ਆ ਤੇ ਬੰਦੇ ਨੂੰ ਥੱਲੇ ਲਾਉਣ ਲੱਗੇ ਵੀ ਇੱਥੇ ਹੀ ਮੈਂ ਕਹਿੰਦਾ ਵੀ ਇੱਥੇ ਐਜੂਕੇਸ਼ਨ ਦੀ ਬਹੁਤ ਵੱਡੀ ਘਾਟ ਹੈ ਜੇ ਇੱਕ ਬੰਦੇ ਨੇ 100 ਗਲਤੀਆਂ 99 ਚੰਗੀਆਂ ਕੀਤੀਆਂ ਇੱਕ ਗਲਤੀ ਹੋ ਗਈ ਤਾਂ ਉਹਨੂੰ ਪਿਆਰੇ ਸ਼ਬਦਾਂ ਨਾਲ ਸਮਝਾਇਆ ਜਾ ਸਕਦਾ ਨਾ ਕਿ ਥੱਲੇ ਕਮੈਂਟ ਉਦਾਂ ਦੇ ਕਰਕੇ ਕਿ ਅਗਲਾ ਸੁਸਾਈਡ ਕਰਨ ਤੱਕ ਚਲੇ ਜਾਵੇ ਇੱਕ ਨਾ ਕੰਟਰੋਵਰਸੀਆਂ ਬਹੁਤ ਹੁੰਦੀਆਂ ਕਲਾਕਾਰਾਂ ਦੀ ਹਨਾ ਹਾਂਜੀ ਤੇ ਕੋਈ ਤਾਂ ਆਪ ਹੀ ਪਲਾਨ ਕਰਕੇ ਵੀ ਕਈ ਵਾਰੀ ਵੀ ਮੈਂ ਗਾਉਣਾ ਸਟੇਜ ਤੇ ਤੂੰ ਮੈਨੂੰ ਜਾ ਕੇ ਕਹਿਣਾ ਮੈਂ ਗਾਉਣੀ ਆ ਹਨਾ ਇਦਾਂ ਮੁੰਡੇ ਕੁੜੀ ਦੋ ਗਾਉਂਦੇ ਆ ਤੇ ਕੰਟਰੋਵਰਸੀ ਹੋ ਜਾਂਦੀ ਬਹੁਤ ਸਾਰੀ ਅਸੀਂ ਦੇਖੀ ਆ ਤੇ ਉਹ 15 ਦਿਨਾਂ ਬਾਅਦ ਉਹਦੀ ਫੁੱਲ ਵੀਡੀਓ ਆ ਜਾਂਦੀ ਹਨਾ ਤੇ ਗੀਤੇ ਜੈਲਦਾਰ ਨਾਲ ਜੀ ਕੀਤਾ ਇਦਾਂ ਕੋਈ ਡਰਾਮਾ ਜਿਹਾ ਕਰਕੇ ਵੇਖੀਏ ਪਰ ਮੈਨੂੰ ਐਂ ਲੱਗਦਾ ਭਾਜੀ ਕੰਟਰੋਵਰਸੀ ਕਰਕੇ ਕੰਮ ਨਹੀਂ ਨਾ ਮਿਲਦਾ ਕੰਟਰੋਵਰਸੀ ਕਰਕੇ 4 ਦਿਨ ਹੋ ਸਕਦਾ ਚਰਚਾ ਤੁਹਾਡੀ ਚਰਚਾ ਹੋ ਸਕਦੀ ਇੱਕ ਲੋਕਾਂ ਨੇ ਤੁਹਾਡੇ ਗੀਤ ਆਰਟਿਸਟ ਦੇ ਲੋਕਾਂ ਨੇ ਗੀਤ ਸੁਣਨੇ ਆ ਗੀਤਾਂ ਦੀ ਚਰਚਾ ਹੋਵੇ ਤਾਂ ਚੰਗੀ ਗੱਲ ਹੈ ਜੇ ਤੁਸੀਂ ਵੈਸੇ ਪਲਾਨ ਕਰਕੇ ਚਰਚਾ ਕਰਾ ਰਹੇ ਹੋ 4-5 ਦਿਨ ਲੋਕ ਵਿਹਲੇ ਲੋਕ ਭਾਜੀ ਬਹੁਤ ਬੈਠੇ ਨੇ ਹੱਥ 'ਚ ਮੋਬਾਈਲ ਹੈ ਹਰੇਕ ਦਿਨ ਗੱਡੀ ਚਲਾਉਂਦਾ ਚਰਚਾ ਦੇਖ ਲਿਆ ਪਰ ਗੱਲ ਤਾਂ ਐਂਡ ਤੇ ਤਾਂ ਤੁਸੀਂ ਮੈਨੂੰ ਇਹ ਹੈ ਵੀ ਬੇਸ ਤੁਹਾਡਾ ਸੰਗੀਤ ਹੈ ਇਹ ਤੁਹਾਡੇ ਪੱਲੇ ਤੁਹਾਡਾ ਗੀਤ ਨਹੀਂ ਤੁਹਾਡੇ ਵੱਡੇ ਹਿੱਟ ਹੋਏ ਜਾਂ ਤੁਹਾਡੇ ਕੋਲ ਮੈਟਰ ਜ਼ਿਆਦਾ ਨਹੀਂ ਹੈਗਾ ਤੇ ਜਿਹੜੀ ਇਹ ਫੋਕੀ ਚਰਚਾ ਆ ਉਹ ਐਂਡ ਤੇ ਕੰਮ ਨਹੀਂ ਦਿੰਦੀ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਹਾਂ ਬਹੁਤ ਸਾਰੇ ਕਲਾਕਾਰਾਂ ਦੇ ਬਈ ਵਿਚਾਰੇ ਬੁਢੇਪਿਆਂ 'ਚ ਉਹ ਜਿਹੜੇ ਚਰਚਾ ਵਾਲੇ ਕਲਾਕਾਰ ਕੁਛ ਹੈਗੇ ਨੇ ਦਾਦਕ ਪ੍ਰਾਣ ਉਹਨਾਂ ਨੇ ਉਹਨਾਂ ਦੀ ਚਰਚਾ ਤੋਂ ਬਾਅਦ ਹੋਰ 5-7 ਸਾਲਾਂ ਲੋਕਾਂ ਨੂੰ ਪਤਾ ਨਹੀਂ ਵੀ ਇਹ ਵੀ ਬੰਦਾ ਕੋਈ ਲਾਈਨ 'ਚ ਇਸ 'ਚ ਹੈ ਸੀ ਕਿ ਨਹੀਂ ਸੀ ਬਿਲਕੁਲ ਗੀਤੇ ਬਾਈ ਇੱਕ ਹੀ ਦੱਸਿਓ ਵੀ ਬਦਲਦਾ ਹੋਇਆ ਮਾਹੌਲ ਗਾਇਕੀ ਦਾ ਜਦੋਂ ਤੁਸੀਂ ਪਹਿਲੀ ਟੇਪ ਦਿਲ ਦੀ ਰਾਣੀ ਆਈ ਹਨਾ ਉਦੋਂ ਟੇਪਾਂ ਸੀ ਕੰਪਨੀਆਂ ਪੈਸੇ ਲਾਉਂਦੀਆਂ ਸੀ 뮤직 ਹੁੰਦਾ ਸੀ ਪ੍ਰੋਪਰ ਹਨਾ ਸੀਡੀਆਂ ਰਿਲੀਜ਼ ਹੁੰਦੀਆਂ ਸੀ ਈਵਨ VCDਆਂ ਵੀ ਰਿਲੀਜ਼ ਹੁੰਦੀਆਂ ਸੀ ਫਿਰ ਦੂਰਦਰਸ਼ਨ ਦਾ ਅਖਾੜਾ ਵੀ ਫਲਮਾਇਆ ਜਾਂਦਾ ਸੀ ਹਨਾ ਉਸ ਤੋਂ ਬਾਅਦ ਅੱਜ ਦਾ ਜਿਹੜਾ ਦੌਰ ਹੈ ਹੁਣ YouTube ਤੇ ਗਾਣਾ ਰਿਲੀਜ਼ ਕਰਨਾ ਤਾਂ ਸਾਰਾ ਖਰਚਾ ਵੀ ਆਪ ਮੋਸਟਲੀ ਕਲਾਕਾਰਾਂ ਨੂੰ ਕਰਨਾ ਪੈਂਦਾ ਕਿੱਥੇ ਕੰਪਨੀਆਂ ਕਰਦੀਆਂ ਸੀ ਹੁਣ ਤਾਂ ਆਪਦੇ ਪੇਜ ਬਣ ਗਿਆ ਬਿਜ਼ਨਸ ਵੀ ਆਪਦਾ ਹੀ ਜਿੰਨਾ ਕਹਾਉਂਦਾ ਰਿਟਰਨ ਅਗਲਾ ਕਹਿੰਦਾ ਮੈਨੂੰ ਹੀ ਆਵੇ ਹਨਾ ਇਹ ਬਦਲਦੇ ਹੋਏ ਮਾਹੌਲ ਦੇ ਵਿੱਚ ਕਲਾਕਾਰ ਆਪਦੇ ਆਪ ਨੂੰ ਕਿਵੇਂ ਢਾਲ ਕੇ ਰੱਖਦਾ ਦੇਖੋ ਭਾਜੀ ਗੱਲ ਇਹ ਵੀ ਮੇਰਾ ਤਾਂ ਮੈਂ ਦੱਸਦਾ ਵੀ ਹਾਂ ਆਰਟਿਸਟਾਂ ਦੀ ਕੰਪਨੀਆਂ ਬਹੁਤ ਪੈਸੇ ਲੈਂਦੇ ਪਰ ਪਹਿਲੀ ਵਾਰੀ ਇਹ ਆ ਬਈ ਮੈਂ ਪਹਿਲੀ ਵਾਰੀ ਆਪਣੀ ਐਲਬਮ ਤੇ ਖੁਦ ਪੈਸੇ ਲਾਏ ਸੀ ਇਥੋਂ ਪੈਸੇ ਕਮਾ ਕੇ ਜਾ ਕੇ ਪਹਿਲੀ ਐਲਬਮ ਦਿਲ ਦੀ ਰਾਣੀ ਮੈਂ ਆਪ ਕੋਲੋਂ ਪੈਸੇ ਲੈ ਕੇ ਰਿਲੀਜ਼ ਕਰ ਕੀਤੀ ਸੀ ਪਰ ਸਿਰਫ ਲੋਗੋ ਆਡੀਓ ਟੱਚ ਕੰਪਨੀ ਦਾ ਸੀ ਉਸ ਤੋਂ ਬਾਅਦ ਅੱਜ ਤੱਕ ਮੇਰੇ ਸਾਰੇ ਪੈਸੇ ਜਿੰਨੇ ਵੀ ਕੰਪਨੀਆਂ ਮੇਰੇ ਖਰਚੇ ਕਰਦੀਆਂ ਨੇ ਸੋ ਮੇਰਾ ਆਪਣਾ ਇੱਕ ਯੂਟਿਊਬ ਚੈਨਲ ਹੈ ਮੈਂ ਉੱਥੇ ਬਹੁਤ ਘੱਟ ਉਹਦੇ 'ਤੇ ਘੱਟ ਕੰਮ ਕਰਦਾ ਕਿਉਂਕਿ ਜਦੋਂ ਤੱਕ ਬਾਹਰੋਂ ਪੈਸੇ ਮਿਲਦੇ ਉਦੋਂ ਤੱਕ ਆਪਣੇ ਵਾਲੇ ਕਿਉਂ ਲਾਉਣੇ ਸੋ ਕਿਉਂਕਿ ਉਸ ਉਹਦੇ ਵਿੱਚ ਕਈ ਵਾਰੀ ਤੁਸੀਂ ਬਹੁਤ ਸਾਰਾ ਤੁਹਾਡਾ ਨੁਕਸਾਨ ਵੀ ਹੋ ਸਕਦਾ ਜੇ ਤੁਹਾਡਾ ਨੁਕਸਾਨ ਤੁਸੀਂ ਛੋਟੇ ਰਿਸਕ ਤੇ ਗੇਮ ਖੇਡ ਰਹੇ ਹੋ ਤੁਸੀਂ ਜ਼ਰੂਰ ਵੱਡੇ ਰਿਸਕ 'ਚ ਪੈਣਾ ਸੋ ਜਿਹਨਾਂ ਨੂੰ ਜਿਹੜੇ ਕੋਲੋਂ ਲਾ ਰਹੇ ਨੇ ਜੇ ਉਹਨਾਂ ਦਾ ਨਹੀਂ ਚੱਲਦਾ ਫਿਰ ਉਹਨਾਂ ਦਾ ਤਾਂ ਰੱਬ ਹੀ ਰੱਖਾ ਭਾਜੀ ਤੇ ਨਾਲ ਹੀ ਦੱਸਿਓ ਵੀ ਤੁਸੀਂ ਨਾ ਸਮੇਂ ਦੀ ਨਬਜ਼ ਨੂੰ ਬੜਾ ਫੜਦੇ ਹੋ ਮਤਲਬ ਜਿਵੇਂ ਤੁਸੀਂ ਗੱਲ ਕੀਤੀ ਆ ਗੀਤਾਂ ਦੇ ਵਿੱਚ ਤੁਸੀਂ ਹਥਿਆਰਾਂ ਵਾਲੇ ਗੀਤ ਵੀ ਗਾਏ ਆ ਪਰ ਗਾਏ ਥੋੜੇ ਜਿਹੇ ਤਰੀਕੇ ਨਾਲ ਆ ਹਨਾ ਮਤਲਬ ਕਹਿਣ ਦਾ ਮਤਲਬ ਜਿਵੇਂ ਉਸ ਟਾਈਮ ਤੇ ਜਦੋਂ ਤੁਸੀਂ ਦਿਲ ਦੀ ਰਾਣੀ ਕੀਤੀ ਆ ਤੇ ਉਦੋਂ ਟ੍ਰੈਂਡ ਸੀਗਾ ਉਹ ਬਠਿੰਡੇ ਵਾਲੇ ਸਾਈਡ ਸੌਂਗ ਵਾਲਾ ਹਨਾ ਤੇ ਤੁਸੀਂ ਡਿਫਰੈਂਟ ਜਿਹਾ ਟਰੈਕ ਲਿਆਂਦਾ ਦਿਸ ਸਾਈਡ ਦੈਟ ਸਾਈਡ ਇਦਾਂ ਜੇ ਕਰਕੇ ਉਹ ਗੀਤ ਸੀ ਤੁਹਾਡਾ ਹਨਾ ਤੇ ਉਹ ਲੋਕਾਂ ਨੂੰ ਕਿਵੇਂ ਸਮਝਦੇ ਹੋ ਵੀ ਮਤਲਬ ਆਹ ਚੀਜ਼ ਆ ਜਿਹੜੀ ਇਹ ਲੋਕਾਂ ਨੂੰ ਜਾਂਦੇ ਪਸੰਦ ਆਊਗੀ ਮਤਲਬ ਜੇ ਟੀਕਾ ਲਾਇਆ ਦਾ ਨਾਲ ਦੀ ਨਾਲ ਰਿਜ਼ਲਟ ਮਿਲੇਗਾ ਇਹ ਦੇਖੋ ਜੀ ਗੱਲ ਇਹ ਹੁੰਦੀ ਵੀ ਇੱਕ ਤਾਂ ਤੁਹਾਡੇ ਨਾਲ ਜਿਹੜੀ ਟੀਮ ਜੁੜੀ ਉਹ ਚੰਗੀ ਹੋਣੀ ਚਾਹੀਦੀ ਹੈ ਇੱਕ ਜਿਹੜੇ ਸ਼ਬਦ ਨੇ ਉਹ ਲੋਕਾਂ ਦੀ ਸਮਝ 'ਚ ਆਉਣੇ ਹੋਣੇ ਚਾਹੀਦੇ ਤੇ ਲੋਕਾਂ ਦੇ ਵਿੱਚ ਉਹ ਵਿਚਰ ਸ਼ਬਦ ਹੁੰਦੇ ਉਸ ਮੌਕੇ ਤੇ ਹੈਪਨ ਹੁੰਦੇ ਹੋਣਗੇ ਹੋਣ ਤਾਂ ਕਰਕੇ ਨੰਬਰ 2 ਤੇ ਕੰਪੋਜੀਸ਼ਨ ਫਿਰ 뮤직 ਇਹ ਅਗਰ ਸਾਰੀਆਂ ਚੀਜ਼ਾਂ ਤੁਹਾਨੂੰ ਗਾਣਾ ਬਣਾਉਣ ਤੋਂ ਬਾਅਦ ਠੀਕ ਲੱਗ ਰਹੀਆਂ ਯਾਰ ਇਹ ਬਿਲਕੁਲ ਪਰਫੈਕਟ ਜੋ ਹੋਣਾ ਚਾਹੀਦਾ ਉਹੀ ਹੈ ਮੇਰੇ ਹਿਸਾਬ ਨਾਲ ਗਾਣਾ ਪੱਕਾ ਹਿੱਟ ਹੁੰਦਾ
ਸੋ ਗੀਤੇ ਬਾਈ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਤੁਹਾਡੇ ਨਾਲ, ਤੇ ਹੁਣ ਆਪਾਂ ਅਮਰੀਕਾ ਦੇ ਵਿੱਚ ਇੱਥੇ ਸ਼ੋਜ਼ ਵੀ ਤੁਹਾਡੇ ਦੇਖਣੇ ਆ ਆਉਣ ਵਾਲੇ ਮਈ ਦੇ ਵਿੱਚ, ਤੁਸੀਂ ਦੁਬਾਰਾ ਇੱਥੇ ਅਮਰੀਕਾ ਦੇ ਵਿੱਚ ਆਉਣਾ ਤੇ ਉਮੀਦ ਕਰਦੇ ਵੀ ਉਦੋਂ ਤੱਕ ਕਾਫੀ ਪ੍ਰੋਗਰਾਮ ਇੱਥੇ ਜਿਹੜੇ ਬੁੱਕ ਹੋਣਗੇ, ਤੇ ਜਾਂਦੇ ਜਾਂਦੇ ਮੈਸੇਜ ਕੋਈ ਅੱਜ ਦੇ ਨਵੇਂ ਸਿੰਗਰਾਂ ਨੂੰ ਤੇ ਦੋ ਗੀਤ ਦੀਆਂ ਕਿਸੇ ਦੀਆਂ ਵੀ ਲਾਈਨਾਂ ਜ਼ਰੂਰ ਸੁਣਾ। ਠੀਕ ਹੈ ਜੀ, ਦੇਖੋ ਮਈ ਤੋਂ ਲੈ ਕੇ ਅਕਤੂਬਰ ਨਵੰਬਰ ਦਸੰਬਰ ਜਿੱਥੇ ਤੱਕ ਵੀ ਮੈਂ ਰਹਿ ਸਕਿਆ ਇੱਥੇ, ਹੋਪਫੁਲੀ ਨਵੰਬਰ ਤੱਕ ਤਾਂ ਮੈਂ ਕਰਾਂਗਾ ਕੰਮ ਇੱਥੇ, ਤੇ ਜ਼ਰੂਰ ਅਮਰੀਕਾ ਵਾਲਿਆਂ ਨਾਲ ਸਾਰਿਆਂ ਨਾਲ ਸਾਂਝ ਪਾਵਾਂਗੇ। ਤੇ ਮੈਸੇਜ ਨਹੀਂ, ਸਾਰਿਆਂ ਨੂੰ ਬੇਨਤੀ ਹੈ ਵੀ ਭਾਈ ਰਲ ਮਿਲ ਕੇ ਰਿਹਾ ਕਰੋ। ਆਪਾਂ ਗਾਉਣ ਵਾਲੇ ਸਾਰੇ ਇੱਕ ਮਾਸੀ ਭੂਆ ਫੋਫੜ ਦੇ ਗਾਂਹ ਦੇ ਰਿਸ਼ਤੇਦਾਰੀਆਂ ਚੋਂ ਤਾਂ ਨਹੀਂ ਹੈਗੇ, ਬਟ ਅਸੀਂ ਪਿਆਰ ਨਾਲ ਜ਼ਰੂਰ ਰਹਿ ਸਕਦੇ ਹਾਂ ਕਿਉਂਕਿ ਉਹ ਇੱਕ ਲਾਈਨ ਦੇ ਬੰਦੇ ਆ, ਤੇ ਜਿਹੜੀਆਂ ਤੁਸੀਂ ਕੰਟਰੋਵਰਸੀਆਂ ਕਹਿੰਦੇ ਜੀ ਉਹ ਨਾ ਕਰਿਆ ਕਰੋ, ਉਹਦੇ ਨਾਲ ਜਿਹੜੇ ਨਹੀਂ ਕਰਦੇ ਉਹਨਾਂ ਦਾ ਵੀ ਜਿਹੜਾ ਇੱਜ਼ਤ ਮਾਣ ਲੋਕਾਂ 'ਚ ਘੱਟਦਾ ਵੀ ਯਾਰ ਇੱਦਾਂ ਦੇ ਹੁੰਦੇ ਨੇ। ਤੇ ਸੋ ਪਲੀਜ਼ ਗਾਇਕੀ ਤੇ ਜ਼ੋਰ ਦਿਓ, ਗਾਇਕੀ ਦੇ ਮੈਟਰ ਤੇ ਜ਼ੋਰ ਦਿਓ, ਦੁਨੀਆਂ ਤੁਹਾਨੂੰ ਸਲਾਮਾਂ ਕਰੇਗੀ ਕਰੇਗੀ। ਤੇ ਗਾਣਾ ਜਿਹੜਾ ਜੀ ਅਖੀਰ ਤੇ ਅਸੀਂ ਹੁਣੇ ਰਿਲੀਜ਼ ਕੀਤਾ ਗਾਣਾ ਲੈਂਡ ਲਾਰਡ, ਉਹਦੇ ਦੋ ਲਾਈਨਾਂ। ਚਿੱਟੇ ਕੁੜਤੇ ਪਾਉਂਦੇ ਆ ਬਾਹਰੋਂ ਵੀ ਡਾਲਰ ਆਉਂਦੇ ਆ, ਉਦਾਂ ਵੀ ਅੱਤ ਕਰਾਉਂਦੇ ਆ, ਸਾਡੀ ਪੁੱਛਦੀ ਕੀ ਡਿਟੇਲ ਬਿੱਲੋ, ਮੁੰਡਾ ਅੱਤ ਤੇ ਜੁਰਤ ਦਾ ਮੇਲ ਬਿੱਲੋ, ਪੰਗਾ ਪੈ ਜਾਵੇ ਤਾਂ ਹਾਣ ਦੀ ਏ, ਕਦੇ ਟਿੱਲੀ ਝੂਲਾਂ ਛੱਡੀ ਨੀ ਲੈਂਡ ਲੋੜਿਆਂ ਜੱਦੀ ਨੀ, ਜੱਟ ਨੇ ਗਾਲ ਕਦੇ ਕੱਢੀ ਨੀ, ਸਰਕਲ ਦੇ ਵਿੱਚ ਵਾੜੇ ਨਾ ਬੱਲੀਏ ਬੰਦੇ ਰੱਦੀ ਨੀ। ਕਿਆ ਬਾਤ ਹੈ, ਬਹੁਤ ਬਹੁਤ ਧੰਨਵਾਦ ਕੀਤਾ, ਥੈਂਕ ਯੂ ਵੈਰੀ ਮੱਚ ਜੀ, ਥੈਂਕ ਯੂ ਸਰ, ਥੈਂਕ ਯੂ। ਸੋ ਇਹ ਸੀ ਸਾਡੀ ਅੱਜ ਦੀ ਖਾਸ ਗੱਲਬਾਤ ਬਾਈ ਗੀਤੇ ਜੈਲਦਾਰ ਦੇ ਨਾਲ, ਔਰ ਮਈ ਤੋਂ ਲੈ ਕੇ ਨਵੰਬਰ ਤੱਕ ਅਮਰੀਕਾ ਦੇ ਵਿੱਚ ਜਿੰਨੇ ਵੀ ਤੁਸੀਂ ਸ਼ੋਜ਼ ਇਹਨਾਂ ਦੇ ਕਰਵਾਉਣੇ ਚਾਹੋ ਕਰਵਾ ਸਕਦੇ ਨੇ, ਤੇ ਤੁਸੀਂ ਮੈਨੂੰ ਵੀ ਈਮੇਲ ਕਰ ਸਕਦੇ ਹੋ ਜੇ ਇਹਨਾਂ ਦੇ ਨਾਲ ਕੰਟੈਕਟ ਕਰਨਾ ਹੋਵੇ, gilpradeep11@yahoo.in। ਸਤਿ ਸ਼੍ਰੀ ਅਕਾਲ, ਰੱਬ ਰਾਖਾ। ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ, ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਗਲੋਬਲ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ ਗਿੱਲ ਪ੍ਰਦੀਪ 6465206706, email gilpradeep11@yahoo.in।